ਪਿਆ ਇੱਕ ਗੱਲ ਰੱਖ ਲੈ ਤੂੰ ਪੱਲੇ ਬੰਨ ਕੇ ਨਹੀਂ ਉਹ ਪੱਗ ਤੋਂ ਬਿਨਾ ਸਰਦਾਰੀ ਹੁੰਦੀ ਆ ਇੱਕ ਗੱਲ ਰੱਖ ਲੈ ਤੂੰ ਪੱਲੇ ਬੰਨ ਕੇ ਨਹੀਂ ਉਹ ਪੱਗ ਤੋਂ ਬਿਨਾ ਸਰਦਾਰੀ ਹੁੰਦੀ ਆ ਹੁਣ ਜੀ ਜਿਹੜੇ ਆ ਪੇਜ ਰੱਖਦੇ ਆ ਜੀ 6 ਪੇਜ ਰੱਖਦੇ ਆ ਮੋਸਟਲੀ ਹਨਾ ਉਹਨਾਂ ਦੀ ਜੀ ਕੀ ਮਹੱਤਤਾ ਹੈ ਮੇਰੀ ਜ਼ਿੰਦਗੀ 'ਚ ਉਹ ਪੇਸ਼ ਕਰਨ ਜਾ ਰਿਹਾ ਜੀ ਕਹਿੰਦੇ ਪਹਿਲਾ ਪੇਜ 'ਚ ਰੱਖਿਆ ਮੈਂ ਅਣਖਾਂ ਲਈ ਦੂਜਾ ਪੇਜ 'ਚ ਰੱਖਿਆ ਮੈਂ ਚੜ੍ਹਤਾਂ ਲਈ ਤੀਜੇ ਗੁਰੂਆਂ ਦੇ ਲਈ ਸਤਿਕਾਰ ਬੰਨਿਆ ਚੌਥਾ ਦਇਆ ਅਤੇ ਪੰਜਵੇਂ 'ਚ ਪਿਆਰ ਬੰਨਿਆ 6 ਪੇਜੀ ਦੀ ਤਾਂ ਟੌਰ ਨਿਆਰੀ ਹੁੰਦੀ ਆ 6 ਪੇਜੀ ਟੌਰ ਨਿਆਰੀ ਹੁੰਦੀ ਆ ਇੱਕ ਗੱਲ ਰੱਖ ਲੈ ਤੂੰ ਪੱਲੇ ਬੰਨ ਕੇ ਨਹੀਂ ਉਹ ਪੱਗ ਤੋਂ ਬਿਨਾ ਸਰਦਾਰੀ ਹੁੰਦੀ ਆ ਇੱਕ ਗੱਲ ਰੱਖ ਲੈ ਤੂੰ ਪੱਲੇ ਬੰਨ ਕੇ ਨਹੀਂ ਉਹ ਪੱਗ ਤੋਂ ਬਿਨਾ ਸਰਦਾਰੀ ਹੁੰਦੀ ਆ ਇਹ 'ਚ ਜੀ ਇੱਕ ਰੈਪ ਵੀ ਛੋਟਾ ਜਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦਾ ਜੀ ਇਹ ਪੱਗ ਸਾਡੀ ਢੋਰ ਸਾਡੀ ਵੱਖਰੀ ਪਛਾਣ ਇਹ ਗੁਰੂਆਂ ਦੀ ਮੋਹਰ ਸਾਨੂੰ ਇਹਦੇ ਉੱਤੇ ਮਾਣ ਚੱਲੀ ਸਿੱਖੀ ਦੀ ਇਹ ਲਹਿਰ ਛੇਤੀ ਆ ਜਾਓ ਤੁਸੀਂ ਬਾਜੇ ਨੂੰ ਸਮਝੋ ਨਾ ਕੱਪੜਾ ਏ ਸਿਰ ਦਾ ਏ ਤਾਜ ਬਸ ਜੀ ਥੈਂਕ ਯੂ ਜੀ ਸਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਮਨ ਦੇ ਬਲਬਲਿਆਂ ਚੋਂ ਸਾਡੀ ਪਗੜੀ ਜਿਹੜੀ ਸਾਨੂੰ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ ਉਹਦੇ ਉੱਤੇ ਜਿਹੜੀਆਂ 4 ਲਾਈਨਾਂ ਇਹਨਾਂ ਨੇ ਆਪਾਂ ਨੂੰ ਸੁਣਾਈਆਂ ਸਾਨੂੰ ਇਹਦੇ 'ਤੇ ਅਮਲ ਕਰਨਾ ਚਾਹੀਦਾ ਇਹਦੇ ਬਾਰੇ ਸੋਚਣਾ ਚਾਹੀਦਾ ਮੈਂ ਫਿਰ ਉਹਨਾਂ ਦਾ ਧੰਨਵਾਦ ਕਰਦਾ ਐਡੀ ਦੂਰੋਂ ਚੱਲ ਕੇ ਆਏ ਨੇ ਅਤੇ ਅਸੀਂ ਉਹਨਾਂ ਨੂੰ ਇੱਥੇ ਆਉਣ 'ਤੇ ਜੀਆਂ ਕਹਿੰਦੇ ਹਾਂ ਮੈਂ ਆਪਣੇ ਵੱਲੋਂ ਇਸ ਕਲੱਬ ਨੂੰ 21,000 ਰੁਪਈਆ ਯੋਗਦਾਨ ਪਾਉਣਾ ਅਤੇ ਮੈਂ ਮਹਿਸੂਸ ਕਰਦਾ ਵੀ ਮੇਰੇ ਛੋਟੇ ਵੀਰ ਸਾਰੇ ਕਲੱਬ ਵਾਲੇ ਸਵੀਕਾਰ ਕਰਨਗੇ ਅਤੇ ਮੈਂ ਧੰਨਵਾਦ ਕਰਦਾ ਫਿਰ ਸਾਰੇ ਕਲੱਬ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਜਿਹੜਾ ਦੂਸਰਾ ਟੂਰਨਾਮੈਂਟ ਕਰਾ ਰਹੇ ਨੇ ਹੁਣ ਮੈਂ ਆਏ ਹੋਏ ਸਾਰੇ ਹੀ ਦਰਸ਼ਕਾਂ ਦਾ ਪਲੇਅਰਾਂ ਦਾ ਫਿਰ ਸਾਡੇ ਬਹੁਤ ਹੀ ਸਤਿਕਾਰਯੋਗ ਜਹਿਦਾਰ ਤੋਤਾ ਸਿੰਘ ਜੀ ਸਾਬਕਾ ਮੰਤਰੀ ਪੰਜਾਬ ਸਰਕਾਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਿਰ ਮੈਂ ਉਹਨਾਂ ਨੂੰ ਇੱਥੇ ਆਉਣ 'ਤੇ ਜੀ ਆਇਆਂ ਕਹਿੰਦਾ ਅਤੇ ਸਾਰੇ ਹੀ ਪਤਵੰਤਿਆਂ ਨੂੰ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਛੋਟੇ ਵੀਰ ਨੇ ਇੱਕ ਜੋ ਪਗੜੀ ਦੇ ਆਧਾਰ 'ਤੇ ਗਾਣਾ ਜਾਂ ਗੀਤ ਸੁਣਾਇਆ ਜੀ ਬਹੁਤ ਬਹੁਤ ਧੰਨਵਾਦ ਹੈ ਅਤੇ ਅਸੀਂ ਸਾਰੇ ਕਲੱਬ ਵੱਲੋਂ ਰਣੀਆਂ ਸਾਹਿਬ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਬਹੁਤ ਵੱਡੀ ਰਕਮ ਇਸ ਕਲੱਬ ਨੂੰ ਦੇ ਕੇ ਮਾਣ ਬਖਸ਼ਿਆ ਮੈਂ ਹੁਣ ਆਪਣੇ ਸਤਿਕਾਰਯੋਗ ਜਹੇਦਾਰ ਜੀ ਨੂੰ ਕਿਉਂਕਿ ਤੋਤਾ ਸਿੰਘ ਦਾ ਮੈਂ ਤਾਂ ਨਹੀਂ ਕਹਿੰਦਾ ਸਾਰੇ ਹੀ ਜਾਣਦੇ ਜਹੇਦਾਰ ਨੂੰ ਬੱਚੇ ਤੋਂ ਲੈ ਕੇ ਇਹ ਜਾਣਦਾ ਕੌਣ ਨਹੀਂ ਬੱਚਾ ਵੀ ਜਾਣਦਾ ਬਜ਼ੁਰਗ ਵੀ ਜਾਣਦਾ ਸਾਡੇ ਸਤਿਕਾਰਯੋਗ ਜਹੇਦਾਰ ਜੀ ਹੈ ਜਹੇਦਾਰ ਜੀ ਇਹ ਨਾਂ ਤੋਂ ਮਸ਼ਹੂਰ ਹੈ ਮੈਂ ਹੱਥ ਜੋੜ ਕੇ ਨਿਮਰਤਾ ਸਿੱਧ ਬੇਨਤੀ ਇਹਨਾਂ ਨੂੰ ਕਰੂੰਗਾ 2 ਮਿੰਟ ਲਈ ਆਪਦਾ ਕੀਮਤੀ ਟਾਈਮ ਇੱਥੇ ਸੰਗਤਾਂ ਦੇ ਰੂਬਰੂ ਹੋ ਕੇ ਸੰਗਤਾਂ ਨੂੰ ਦਰਸ਼ਨ ਦੇਣ ਆਪਦੇ ਮੁਖਬਾਰ ਤੋਂ ਬਚਨ ਸੁਣਾਓ ਜਹੇਦਾਰ ਤੋਤਾ ਸਿੰਘ ਅੱਛਾ ਮੈਂ ਤੂੰ ਸੋਰੀ ਮੈਂ ਤਾਂ ਇੱਥੇ ਪ੍ਰਬੰਧਕਾਂ ਨੇ ਹੁਕਮ ਕੀਤਾ ਸੀ ਮੈਨੂੰ ਉਸ ਆਧਾਰ 'ਤੇ ਬੋਲਤਾ ਸੋਰੀ ਹੁਣ ਮੈਂ ਇਸ ਤੋਂ ਬਾਅਦ ਜਹੇਦਾਰ ਜੀ ਟਾਈਮ ਦੇਣਗੇ ਸੰਗਤਾਂ ਦੇ ਰੂਬਰੂ ਹੋਣਗੇ ਮੈਚ ਚਾਲੂ ਕਰਾਓ ਇਸ ਸਟੇਜ ਦੀ ਸਟੇਜ ਇਸੇ ਤਰ੍ਹਾਂ ਚਾਲੂ ਰਹਿਣ ਦੇ ਹੈਲੋ ਇੱਕ ਮੋਟਰਸਾਈਕਲ ਦੀ ਚਾਬੀ ਆ ਹੀਰੋ ਹੋਂਡੇ ਦੀ
ਲੰਗਰ ਹਾਲ ਦੇ ਵਿੱਚ ਡਿੱਗੀ ਮਿਲੀ ਸਾਨੂੰ, ਸਾਡੇ ਕੋਲ ਪਹੁੰਚ ਚੁੱਕੀ ਸਟੇਜ 'ਤੇ, ਨਿਸ਼ਾਨੀ ਦੱਸ ਕੇ ਚਾਬੀ ਲੈ ਜਾਓ ਜੀ। ਹਾਂਜੀ ਦਰਬਾਰ ਜੀ ਅਗਲੀ ਮੈਕ 'ਤੇ ਗੱਲ ਕਰਨਗੇ। ਹੈਲੋ, ਨਾਲ ਹੀ ਮੇਰੀ ਬੇਨਤੀ ਹੈ ਜੀ, ਕਾਲ ਕਲਾਂ ਤੇ ਰਾਉ ਕੇ ਕਲਾਂ, ਮਲਕ ਤੇ ਚੰਦ ਬਾਜਾ, ਇੰਦਗੜ੍ਹ ਤੇ ਲੰਡੇ, ਰੱਜੀ ਵਾਲਾ ਤੇ ਚੂਰ ਚੱਕ, ਨਾਲ ਹੀ ਅਕਾਲ ਸਰ ਮੋਗਾ ਤੇ ਰਾਣਾ ਕਲੱਬ ਦੌਦਰ, ਸਾਫੂ ਵਾਲਾ ਤੇ ਮਾਣੂ ਕੇ, ਇਹ ਨੱਥੋ ਕੇ ਵਰਸੀ ਖੋਸਾ ਰਣਧੀਰ, ਇਹਨਾਂ ਸਾਰੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਇਸ ਤੋਂ ਅਗਲੇ ਮੈਚਾਂ ਦੇ ਲਈ ਗਰਾਊਂਡ ਦੇ ਨੇੜੇ ਰਹਿਣ। ਇਧਰਲੇ ਬਣੇ ਵੇਖਦੇ ਵੀ ਮਾਲੇ ਦੀ ਟੀਮ ਦੇ ਵੱਲੋਂ ਲੱਖਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਹੈ। ਦੂਸਰੇ ਪਾਸੇ ਇਧਰਲੇ ਬਣੇ ਪੁਆਇੰਟ ਜਿਹੜਾ ਰਾਉਦਵਾਰ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ। ਇਸੇ ਨਾਲ ਮੈਚ ਜਿਹੜਾ ਸਮਾਪਤ ਹੈ ਚੱਲਦੇ ਹੋਏ ਮੈਚ ਦੇ ਵਿੱਚ ਮਾਲਾ ਕਲਾਂ ਜਿੱਤ ਗਿਆ ਜੀ। ਮਾਲੇ ਕਲਾਂ ਦੀ ਟੀਮ ਜਿਹੜੀ ਜੇਤੂ ਰਹੀ ਹੈ। ਆਓ ਹੁਣ ਜਿਹੜਾ ਮੈਚ ਹੈ ਘੱਲ ਕਲਾਂ ਵਰਸੀ ਰਾਉ ਕੇ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਬੜਾ ਤਕੜਾ ਮੈਚ ਇਸ ਸਮੇਂ ਇਹਨਾਂ ਦੋਨਾਂ ਟੀਮਾਂ ਦਾ। ਹਾਂਜੀ ਤੁਹਾਡੀ ਬੇਨਤੀ ਹੈ ਚਾਹੇਦਾਰ ਸਾਹਿਬ ਸਟੇਜ 'ਤੇ ਆ ਕੇ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਹਾਂਜੀ ਥੋੜ੍ਹੇ ਸਮੇਂ ਦੇ ਵਿੱਚ ਸਾਂਝੇ ਕਰਨਗੇ। ਸੋ ਬੇਨਤੀ ਜੀ ਦੋ ਮਿੰਟ ਮੈਚ ਨੂੰ ਰੋਕ ਲਓ ਤਾਂ ਗੱਲ ਚੰਗੀ ਹੈ, ਕਿਉਂਕਿ ਗੱਲਬਾਤ ਫਿਰ ਵਧੀਆ ਹੋ ਜਾਂਦੀ ਹੈ। ਰੈਫਰੀਆਂ ਨੂੰ ਬੇਨਤੀ, ਠੀਕ ਹੈ ਜੀ ਰਾਜ ਸਿੰਘ ਜੀ, ਠੀਕ ਹੈ ਤੁਹਾਡਾ ਵੀ ਸਵਾਦ ਨਹੀਂ ਆਉਣਾ ਕਮੈਂਟਰੀ ਕਰਨ ਦਾ, ਮੈਚ ਵਧੀਆ ਕਿਉਂਕਿ ਟੀਮਾਂ ਬਹੁਤ ਵਧੀਆ ਏ। ਆਓ ਜੀ ਜਹੇਦਾਰ ਸਾਹਿਬ ਜੀ। ਸਤਿ ਸ੍ਰੀ ਅਕਾਲ, ਬਹੁਤ ਹੀ ਸਤਿਕਾਰਯੋਗ ਇਸ ਕਲੱਬ ਦੇ ਸਮੁੱਚੇ ਅਹੁਦੇਦਾਰ, ਸ਼੍ਰੋਮਣੀ ਅਕਾਲੀ ਦੀ ਜਥੇਬੰਦੀ ਅਤੇ ਸ਼ਹਿਰ ਦੇ ਬਹੁਤ ਹੀ ਪਤਵੰਤ ਅਤੇ ਜਿੰਨੇ ਵੀ ਆਏ ਹੋ ਸਮੇਤ ਦਰਸ਼ਕ ਅਤੇ ਖਿਡਾਰੀ ਸਾਰਿਆਂ ਨੂੰ ਨਿਮਰਤਾ ਨਾਲ ਫਤਿਹ ਬੁਲਾਉਣਾ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵਧਾਈ ਦਿੰਦਾ ਮੈਂ ਕਲੱਬ ਦੇ ਸਾਰੇ ਅਹੁਦੇਦਾਰਾਂ ਨੂੰ ਜਿਹੜੇ ਆਏ ਸਾਲ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਟੂਰਨਾਮੈਂਟ ਦਾ ਪ੍ਰਬੰਧ ਕਰਦੇ ਹਨ, ਔਰ ਉਹਦੇ ਨਾਲ ਸਾਡੇ ਜਿੱਥੇ ਵਿਸਾਖੀ ਦੀ ਬਹੁਤ ਵੱਡੀ ਮਹੱਤਤਾ, ਸਿੱਖ ਧਰਮ ਦਾ ਜੋ ਖਾਲਸੇ ਦਾ ਜਨਮ ਦਿਨ ਮਨਾਇਆ ਜਾਂਦਾ 13 ਅਪ੍ਰੈਲ ਨੂੰ ਵਿਸਾਖੀ ਦੇ ਦਿਹਾੜੇ 'ਤੇ, ਉਹਦੀ ਮਹੱਤਤਾ ਦੇ ਵਿੱਚ ਯੋਗਦਾਨ ਪਾਉਂਦੇ ਆ ਇਹ ਸਾਰੇ ਵਧਾਈ ਦੇ ਪਾਤਰ ਹਨ। ਉੱਥੇ ਕਬੱਡੀ ਖੇਡ ਸਾਡੀ ਮਾਂ ਖੇਡ ਆ, ਔਰ ਘਰ ਬੈਠੇ ਵੀ ਭਾਵੇਂ ਅਸੀਂ ਟੀ ਵੀ 'ਤੇ ਦੇਖੀਏ ਚਾਹੇ ਇੱਥੇ ਮੈਦਾਨ 'ਚ ਆ ਕੇ ਬੈਠੀਏ, ਜਿੰਨਾ ਖਿਡਾਰੀ ਦਾ ਜ਼ੋਰ ਲੱਗਦਾ ਓਨਾ ਹੀ ਦਰਸ਼ਕ ਦਾ ਜ਼ੋਰ ਲੱਗਦਾ। ਖਿੱਚ ਹੀ ਇੰਨੀ ਹੁੰਦੀ ਆ ਖਿਡਾਰੀ ਦੇ ਦਰਸ਼ਕ ਦੀ, ਇੰਨਾ ਮਿਲਾਪ ਹੁੰਦਾ ਇਹ ਖੇਡ ਦੇ ਵਿੱਚ। ਕਬੱਡੀ ਸਾਡੀ ਮਾਂ ਖੇਡ ਆ, ਜਿੱਥੇ ਇੱਕ ਵੇਲੇ ਹਾਕੀ ਵੀ ਸਾਡੀ ਮਾਂ ਖੇਡ ਸੀ, ਉਹ ਹੌਲੀ ਹੌਲੀ ਸਾਥੋਂ ਪਿੱਛੇ ਖਿਸਕਦੀ ਗਈ, ਅੱਜ ਦੁਨੀਆਂ ਦੇ ਦੇਸ਼ ਬਹੁਤ ਸਾਥੋਂ ਅੱਗੇ ਲੰਘ ਗਏ। ਕਬੱਡੀ ਸਾਡੀ ਮਾਂ ਖੇਡ ਆ ਜਿਹਦੀ ਕੋਈ ਮਹੱਤਤਾ ਹੀ ਨਹੀਂ ਸੀ, ਔਰ ਜਿਹਦਾ ਕੋਈ ਕਦਰ ਹੀ ਨਹੀਂ ਸੀ। ਇਹ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਫੈਸਲਾ ਲਿਆ, ਸਾਡੀ ਕੋਰ ਕਮੇਟੀ ਨੇ ਜਿਹਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹਨ, ਕਿ ਕਬੱਡੀ ਮਾਂ ਖੇਡ ਨੂੰ ਮਹੱਤਤਾ ਦਿੱਤੀ ਜਾਵੇ। ਸਾਰੇ ਲੋਕ ਕ੍ਰਿਕਟ ਦੇਖੀ ਜਾਂਦੇ ਆ, ਕ੍ਰਿਕਟਾਂ ਨੂੰ ਬਿਜ਼ਨਸਮੈਨ ਦਿੰਦੇ ਆ ਔਰ ਬਿਜ਼ਨਸਮੈਨ ਫੰਡ ਕਰਦੇ ਆ ਉਹਦੇ ਵਾਸਤੇ, ਅਤੇ ਉਹ ਉਹਦੀ ਬੜੀ ਮਹੱਤਤਾ ਵਧਾਈ ਜਾਂਦੇ ਆ, ਜਦਕਿ ਐਡੀ ਗੱਲ ਉਹਦੀ ਹੈ ਨਹੀਂ ਗੀ। ਉਸ ਨੂੰ ਮੁੱਖ ਰੱਖ ਕੇ ਫੈਸਲਾ ਗਿਆ ਸੀ ਕਿ ਪਹਿਲੇ ਸਾਲ 1 ਕਰੋੜ ਰੁਪਇਆ ਇਨਾਮ ਰੱਖਿਆ, ਅਗਲੇ ਸਾਲ ਵਰਲਡ ਕੱਪ ਦਾ 2 ਕਰੋੜ ਰੁਪਇਆ ਇਨਾਮ ਰੱਖਿਆ, ਅਤੇ ਇੱਥੇ ਹੀ ਫੈਸਲਾ ਨਹੀਂ ਕੀਤਾ। ਨਾਲ ਜਿਹੜੇ ਖਿਡਾਰੀ ਨੈਸ਼ਨਲ ਪੱਧਰ 'ਤੇ ਖੇਡਣਗੇ ਇੰਟਰਨਲ ਪੱਧਰ 'ਤੇ, ਉਹਨੂੰ ਪਹਿਲ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣਗੀਆਂ ਔਰ ਨੌਕਰੀਆਂ ਦਿੱਤੀਆਂ। ਇਸ ਲਈ ਪਹਿਲਾਂ ਭਾਵੇਂ ਥੋੜ੍ਹੇ ਦੇਸ਼ਾਂ ਦੀਆਂ 14 ਟੀਮਾਂ ਆਈਆਂ ਸਨ, ਐਰ ਕਿ 18 ਟੀਮਾਂ ਆਈਆਂ। ਬਾਹਰਲੇ ਦੇਸ਼ਾਂ 'ਚ ਜਿੱਥੇ ਸਾਡੇ ਪੰਜਾਬੀ ਜਾਂਦੇ ਆ,
ਇਟਲੀ ਵਿੱਚ, ਕੈਨੇਡਾ ਵਿੱਚ, ਅਮਰੀਕਾ ਵਿੱਚ, ਯੂਕੇ ਵਿੱਚ, ਉੱਥੇ ਤਾਂ ਪਤਾ ਸੀ ਕਬੱਡੀ ਖੇਡਦਾ, ਸਾਡੇ ਪੰਜਾਬੀ ਖੇਡਦੇ ਸਨ। ਪਰ ਜਿਹੜੇ ਨਰੋਲ ਗੋਰਿਆਂ ਦੇ ਦੇਸ਼ ਆ ਜਾਂ ਸਾਊਥ ਅਫਰੀਕਾ ਵਗੈਰਾ ਦੇ ਕਾਲਿਆਂ ਦੇ ਦੇਸ਼ ਆ, ਉਹਨਾਂ ਨੂੰ ਪਤਾ ਨਹੀਂ ਸੀ ਕਬੱਡੀ ਕੀ ਹੁੰਦੀ ਆ, ਉਹ ਕਬੱਡੀ ਬਾਰੇ ਜਾਣਦੇ ਵੀ ਸਨ। ਉੱਥੇ ਅਸੀਂ ਪੰਜਾਬ ਸਰਕਾਰ ਵੱਲੋਂ ਆਪਦੇ ਕੋਚ ਭੇਜੇ ਔਰ ਉਹਨਾਂ ਨੂੰ ਦੱਸਿਆ ਕਿ ਕਬੱਡੀ ਕੀ ਹੁੰਦੀ ਆ, ਕਿਵੇਂ ਖੇਡੀ ਦੀ ਆ। ਔਰ ਮੈਨੂੰ ਖੁਸ਼ੀ ਆ ਕਿ ਐਰਕੀ 18 ਟੀਮਾਂ ਉਹਨਾਂ ਦੇਸ਼ਾਂ 'ਚ ਵੀ ਆਈਆਂ ਜਿਹੜੇ ਕਬੱਡੀ ਦਾ ਨਾਂ ਤੱਕ ਨਹੀਂ ਜਾਣਦੇ ਸਨ, ਔਰ ਵਰਲਡ ਕੱਪ ਹੋਇਆ। ਔਰ ਦੇਖੋਗੇ ਐਰਕੀ ਅਸੀਂ ਉਸ ਤੋਂ ਵੀ ਵੱਧ ਕੋਚ ਦੂਜੇ ਦੇਸ਼ਾਂ 'ਚ ਭੇਜੇ ਆ ਤਾਂ ਕਿ ਵੱਧ ਤੋਂ ਵੱਧ ਕੋਚ ਉਹਨਾਂ ਨੂੰ ਸਿਖਲਾਈ ਦੇ ਸਕਣ ਔਰ ਦੁਨੀਆਂ ਦੇ ਦੇਸ਼ਾਂ 'ਚ ਵੱਧ ਤੋਂ ਵੱਧ ਕਬੱਡੀ ਖੇਡੀ ਜਾਵੇ। ਤਾਂ ਕਿਸੇ ਵੇਲੇ ਕਬੱਡੀ ਜਿਹੜੀ ਪੰਜਾਬ ਸਟਾਈਲ ਕਬੱਡੀ ਆਪਣੀ, ਇਹ ਸਾਡੀ ਮਾਂ ਖੇਡ ਆ, ਉਹ ਓਲੰਪਿਕ ਗੇਮ ਬਣ ਜਾਵੇ ਦੁਨੀਆਂ ਦੀ, ਇਹਦੇ ਵੱਲ ਆਪਾਂ ਵੱਧ ਰਹੇ ਹਾਂ। ਇਹਦੇ ਲਈ ਤੁਹਾਡੇ ਸਾਰੇ ਭਰਾਵਾਂ ਦੇ ਸਹਿਯੋਗ ਦੀ ਲੋੜ ਆ, ਤੁਸੀਂ ਬੜਾ ਪਿਆਰ ਦਿੰਦੇ ਹੋ, ਸਹਿਯੋਗ ਦਿੰਦੇ ਹੋ। ਉੱਥੇ ਮੇਰੀ ਇੱਕ ਬੇਨਤੀ ਵੀ ਆ ਕਲੱਬਾਂ ਨੂੰ ਵੀ, ਖਿਡਾਰੀਆਂ ਨੂੰ ਵੀ, ਤੁਸੀਂ ਅੰਦਾਜ਼ਾ ਲਾਓ ਹਾਲਾਤ ਐਸੇ ਬਣ ਚੁੱਕੇ ਆ ਕਿ ਡਰੱਗ ਟੈਸਟ ਹੁੰਦਾ, ਕੋਈ ਵੀ ਖਿਡਾਰੀ ਨਸ਼ੇ ਵਾਲਾ ਖੇਡ ਨਹੀਂ ਸਕਦਾ, ਚਾਹੇ ਕਿਸੇ ਕਿਸੇ ਦਾ ਨਸ਼ਾ ਲੈਂਦਾ। ਇੰਨੇ ਅੱਜ ਕੱਲ੍ਹ ਟੈਸਟ ਹੋ ਗਏ ਆ ਕਿ ਕੋਈ ਕਬੱਡੀ ਖੇਡਦਾ ਵੀ ਉਹ ਤੋਂ ਮੁੜ ਕੇ ਇਨਾਮ ਜਿਹੜੇ ਆ ਵਾਪਸ ਹੋ ਜਾਂਦੇ ਆ। ਇਸ ਲਈ ਮੈਂ ਬੇਨਤੀ ਕਰਨੀ ਚਾਹੁੰਦਾ ਕਲੱਬਾਂ ਨੂੰ ਵੀ, ਹੋਰਾਂ ਨੂੰ ਵੀ, ਅੱਜ ਮੋਗੇ ਜ਼ਿਲ੍ਹੇ ਦੀਆਂ 352 ਪੰਚਾਇਤਾਂ 300 ਟੂਰਨਾਮੈਂਟ ਅਸੀਂ ਸਰਵੇ ਕਰਾਇਆ, ਇਕੱਲੇ ਮੋਗੇ ਜ਼ਿਲ੍ਹੇ 'ਚ ਹੋ ਗਿਆ। 5 ਲੱਖ ਵੀ ਇੱਕ ਅਸੀਂ ਟੂਰਨਾਮੈਂਟ ਦਾ ਖਰਚਾ ਲਾਈਏ, 15 ਕਰੋੜ ਰੁਪਈਆ ਇਕੱਲਾ ਟੂਰਨਾਮੈਂਟਾਂ 'ਤੇ ਮੋਗੇ ਜ਼ਿਲ੍ਹੇ 'ਚ ਲੱਗ ਗਿਆ। ਤੁਹਾਡੇ ਖੇਡ ਪ੍ਰੇਮੀਆਂ ਦਾ ਖਰਚਾ ਹੋਇਆ ਜਿਹੜੇ ਲੋਕਾਂ ਨੇ ਕਲੈਕਟ ਕਰਕੇ ਦਿੱਤੇ ਆ, ਉਹਦਾ ਤਾਂ ਹੀ ਫਾਇਦਾ ਹੋਏਗਾ ਜੇ ਅਸੀਂ ਕਬੱਡੀ ਨਸ਼ਾ ਰਹਿਤ ਕਰਾ ਦਾਂਗੇ। ਜੇ ਕਬੱਡੀ ਨਸ਼ਾ ਰਹਿਤ ਹੋਏਗੀ ਤਾਂ ਤੁਹਾਡੇ ਇਹਨਾਂ ਮੈਦਾਨਾਂ 'ਚੋਂ ਨੌਜਵਾਨ ਕੋਈ ਨੈਸ਼ਨਲ ਪੱਧਰ 'ਤੇ ਖੇਡੇਗਾ, ਕੋਈ ਇੰਟਰਨਲ ਪੱਧਰ 'ਤੇ ਖੇਡੇਗਾ, ਨਹੀਂ ਤੁਹਾਡੇ ਪੈਸੇ ਲਾਏ ਐਵੇਂ ਬਰਬਾਦ ਜਾਣਗੇ ਜੇ ਖਿਡਾਰੀਆਂ ਨੇ ਸਾਡੇ ਨਸ਼ੇ ਵਾਲੇ ਪਾਸੇ ਤੁਰਨਾ। ਜੇ ਟੀਕੇ ਲਾ ਕੇ ਖੇਡਣਾ ਤਾਂ ਉਹਦਾ ਖੇਡਣ ਦਾ ਕੋਈ ਫਾਇਦਾ ਨਹੀਂ, ਉਹ ਟੂਰਨਾਮੈਂਟਾਂ ਖਰਚਾ 'ਤੇ ਕੋਈ ਫਾਇਦਾ ਨਹੀਂ ਕਰਨ ਦਾ ਖਰਚਾ। ਇਸ ਲਈ ਕੋਸ਼ਿਸ਼ ਕਰੀਏ ਕਲੱਬਾਂ ਵਾਲੇ ਪੂਰੇ ਇਸ 'ਤੇ ਹਾਲਾਤ ਐਸੇ ਪੈਦਾ ਕਰਨ ਕਿ ਅਸੀਂ ਨਸ਼ਾ ਰਹਿਤ ਕੋਈ ਮੈਚ ਕਰਾਉਂਦੇ ਹਾਂ, ਭਾਵੇਂ ਘੱਟ ਮੈਚ ਹੋ ਜਾਣ, ਜ਼ਰੂਰੀ ਨਹੀਂ 40 ਟੀਮਾਂ ਖਿਡਾਉਣੀਆਂ, ਭਾਵੇਂ 10 ਟੀਮਾਂ ਹੋਣ, 20 ਟੀਮਾਂ ਹੋਣ, ਨਸ਼ਾ ਰਹਿਤ ਹੋਣ, ਤਾਂ ਕਿ ਨਸ਼ਾ ਰਹਿਤ ਜਿਹੜੇ ਖਿਡਾਰੀ ਆ ਉਹ ਨੈਸ਼ਨਲ ਪੱਧਰ 'ਤੇ, ਇੰਟਰਨਲ ਪੱਧਰ 'ਤੇ ਸਾਡੇ ਮੋਗੇ ਦਾ ਨਾਂ ਉੱਚਾ ਕਰ ਲੈਣ। ਮੈਨੂੰ ਮਹਿਸੂਸ ਵੀ ਹੁੰਦਾ ਕਿ ਅਸੀਂ ਮੋਗੇ ਵਾਲਿਆਂ ਨੇ ਖੇਡਾਂ 'ਤੇ ਖਰਚਾ ਹੀ ਬੜਾ ਕੀਤਾ, ਔਰ ਪਰ ਸਾਡਾ ਖਿਡਾਰੀ ਕੋਈ ਵੀ ਨੈਸ਼ਨਲ ਪੱਧਰ 'ਤੇ, ਇੰਟਰਨਲ ਪੱਧਰ 'ਤੇ ਸਿਲੈਕਟ ਨਹੀਂ ਕਬੱਡੀ ਵਿੱਚ ਹੋਇਆ। ਹਾਕੀ ਵਿੱਚ ਸਾਡੇ ਓਲੰਪਿਕ ਕਪਤਾਨ ਨਹੀਂ ਰਹੇ ਆਪਣੇ ਮੋਗੇ ਦੇ, ਹਾਕੀ 'ਚ ਬਹੁਤ ਮੱਲਾਂ ਮਾਰੀਆਂ। ਕਬੱਡੀ ਵਿੱਚ ਵੀ ਅਸੀਂ ਚਾਹੁੰਦੇ ਹਾਂ ਕਿ 2-3 ਸਾਲਾਂ 'ਚ ਸਾਡੇ ਇਸੇ ਖਿਡਾਰੀ ਨਿਤਨ, ਭਾਵੇਂ ਹਰਜੀਤ ਬਾਜਾ ਖਾਨਾ ਬਾਜੇ ਖਾਨੇ ਦਾ ਰਹਿਣ ਵਾਲਾ ਸੀ, ਪਰ ਅਸੀਂ ਉਹਨੂੰ ਗੁਰੂ ਨਾਨਕ ਕਾਲਜ ਦੇ ਵਿੱਚ ਉਹਨੂੰ ਖੇਡ ਸਿਖਾਈ ਔਰ ਗੁਰੂ ਨਾਨਕ ਕਾਲਜ ਦੇ ਵਿੱਚ ਖੇਡ ਕੇ ਉਹਨੇ ਦੁਨੀਆਂ 'ਚ ਆਪਦਾ ਹਰਜੀਤ ਨੇ ਆਪਦਾ ਨਾਂ ਪੈਦਾ ਕੀਤਾ, ਹਰਜੀਤ ਬਾਜੇ ਨੇ। ਉਹ ਭਾਵੇਂ ਸਾਡੇ ਮੋਗੇ ਵਾਲਾ ਹੀ ਵੱਜਦਾ ਸੀ, ਭਾਵੇਂ ਬਾਜੇ ਪਿੰਡ 'ਚ ਜਨਮ ਲਿਆ ਸੀ ਉਹਨੇ। ਇਸ ਲਈ ਮੈਂ ਚਾਹੁੰਦਾ ਕਿ ਸਾਡੇ ਮੋਗੇ ਦਾ ਖਿਡਾਰੀ ਜਿਹੜਾ ਇਹਨਾਂ ਗਰਾਊਂਡਾਂ 'ਚ ਗਿਆ ਹੋਵੇ ਉਹ ਨੈਸ਼ਨਲ ਇੰਟਰਨਲ ਪੱਧਰ 'ਤੇ ਖੇਡ ਕੇ ਸਾਡੇ ਮੋਗੇ ਦਾ ਨਾਂ ਉੱਚਾ ਕਰੇ, ਜਿਵੇਂ ਸਾਡੇ ਹਾਕੀ ਦੇ ਵਿੱਚ ਸਾਡੇ ਖਿਡਾਰੀਆਂ ਨੇ ਮੋਗੇ ਦਾ ਨਾਂ ਉੱਚਾ ਕੀਤਾ ਸੀ। ਬਹੁਤ ਵੱਡੀ ਆਸ ਆ ਉਹਦੇ ਲਈ, ਮੈਂ ਪੰਜਾਬ ਸਰਕਾਰ ਨੂੰ ਤੁਹਾਨੂੰ ਭਰੋਸਾ ਦਿਵਾਉਣਾ ਕਿ ਕਲੱਬ ਨੂੰ, ਤੁਹਾਡੀ ਜਥੇਬੰਦੀ ਨੂੰ ਇਹ ਸਟੇਡੀਅਮ ਬਣਾਉਣ ਲਈ ਜਾਂ ਹੋਰ ਕੰਮਾਂ ਲਈ ਜਿਹੜੀ ਵੀ ਲੋੜ ਹੋਏਗੀ ਅਸੀਂ ਉਹਦੇ ਵੱਲੋਂ ਪੂਰਾ ਸਹਿਯੋਗ ਪਾਉਣ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਸਰ ਯੂਥ ਕਲੱਬ ਦੇ ਸਾਰੇ ਨੁਮਾਇੰਦਿਆਂ ਨੂੰ ਬੇਨਤੀ ਵੀ, ਨੇੜੇ ਆ ਜਾਓ, ਆਪਾਂ ਜਥੇਦਾਰ ਸਾਹਿਬ ਨੂੰ ਸਨਮਾਨ ਦੇਣ ਜਾ ਰਹੇ ਹਾਂ। ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਡੇ ਇਸ ਕਬੱਡੀ ਕੱਪ ਨੂੰ ਚਾਰ ਚਿੰਨ ਲਾਏ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ, ਜਥੇਦਾਰ ਸਰਦਾਰ ਤੋਤਾ ਸਿੰਘ ਜੀ, ਔਰ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 'ਚ ਬਹੁਤ ਵੱਡਾ ਨਾਂ ਹੈ। ਹਾਂਜੀ,
ਸਤਿਕਾਰਯੋਗ ਜਥੇਦਾਰ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਆਪਦੇ ਕੀਮਤੀ ਸੁਝਾਅ ਦਿੱਤੇ ਹੈ। ਮੈਨੂੰ ਉਮੀਦ ਹੈ ਅਸੀਂ ਸਾਰੇ ਇਸ ਨਾਲ ਚੱਲਣ 'ਤੇ ਕੋਸ਼ਿਸ਼ ਕਰਾਂਗੇ। ਇਹਨਾਂ ਸਾਰੇ ਕਲੱਬ ਵੱਲੋਂ ਇੱਥੇ ਆਉਣ 'ਤੇ ਜੀ ਆਇਆਂ ਵੈਲਕਮ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਸਾਡਾ ਵੀਰ ਜਿਨ੍ਹਾਂ ਨੇ ਸਰਦਾਰੀ ਵਾਲਾ ਪੱਗ ਵਾਲਾ ਗੀਤ ਲਾਇਆ ਸੀਗਾ, ਸੋ ਬਹੁਤ ਵਧੀਆ ਸਾ ਵੀਰ ਦੀ ਵਾਜੇ ਦਾ ਵੀ ਧੰਨਵਾਦ ਜੀ। ਵਿਸ਼ੇਸ਼ ਸਨਮਾਨ ਤਾਂ ਜਾ ਰਿਹਾ ਜੀ ਟੂਰਨਾਮੈਂਟ ਕਮੇਟੀ ਵੱਲੋਂ। ਬੁਲਾਓ ਜੀ ਹੋਰ ਜਿਹਨੇ ਸਨਮਾਨਿਤ ਕਰਨਾ। ਕਰੋ ਜੀ ਸਨਮਾਨ ਆਪਣੀ ਕਮੇਟੀ ਵਾਲੇ ਵੀ, ਸਾਰੇ ਫੋਟੋ ਲਵਾ ਲਓ ਜਥੇਦਾਰ ਸਾਹਿਬ ਦੇ ਨਾਲ। ਅਵਤਾਰ ਸਿੰਘ ਜੀ ਪ੍ਰਧਾਨ, ਬਾਬੀ ਕਲੇਰ ਜੀ, ਅਸਤਰਾਮ ਸੱਤਾ ਜੀ, ਸਾਰੇ ਵੀਰ, ਔਰ ਬਲਜੀਤ ਸਿੰਘ ਜੀ ਨੰਬਰਦਾਰ ਸਾਹਿਬ, ਗੁਰਨੈਰ ਸਿੰਘ ਜੀ, ਸੰਧੂ ਸਾਹਿਬ, ਰਾਮ ਸਿੰਘ ਜੀ, NRI ਜਿਹਨਾਂ ਨੇ ਵੱਡਾ ਸਹਿਯੋਗ ਦਿੱਤਾ ਹੈ, ਪੂਰਨ ਸਿੰਘ ਜੀ ਨੰਬਰਦਾਰ ਸਾਹਿਬ, ਭਗਤਰਾਮ ਐਂਡ ਕੰਪਨੀ ਵਾਲੇ ਅਜੇ ਕੁਮਾਰ ਜੀ ਪੁੱਜੇ ਨੇ, ਸਾਰਿਆਂ ਦਾ ਬਹੁਤ ਧੰਨਵਾਦ ਜੀ। ਕਰ ਦਿਓ ਜੀ ਮੈਚ ਸ਼ੁਰੂ ਕਰ ਦਿਓ, ਮੈਚ ਜਿਹੜੇ ਚਾਲੂ ਕਰ ਦਿਓ, ਮੈਚ ਵੀ ਚਾਲੂ ਰੱਖੋ। ਨਾਲ ਦੇ ਨਾਲ ਆਪਾਂ ਸਟੇਜ ਦੀ ਕਾਰਵਾਈ ਕਰਦੇ ਰਹਾਂਗੇ ਕਿਉਂਕਿ ਦਰਸ਼ਕ ਵੀ ਕਬੱਡੀ ਦੇਖਣ ਆਏ ਹੈ। ਸੋ ਨਾਲ ਦੇ ਨਾਲ ਸਟੇਜ 'ਤੇ ਜਿਹੜੇ ਸਨਮਾਨ ਚਿੰਨ੍ਹ 'ਤੇ ਜਾ ਰਹੇ ਨੇ, ਔਰ ਸਾਡੇ ਦਰਮਿਆਨ ਕਬੱਡੀ ਨਾਲ ਜੁੜੀ ਹੋਈ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਆ, ਜਥੇਦਾਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲੀ ਆ, ਆਜ਼ਾਦ ਕਬੱਡੀ ਕਲੱਬ ਐਡਮਿੰਟਨ ਵਾਲੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਇੱਥੇ ਪਹੁੰਚਣ 'ਤੇ ਅਸੀਂ ਜੀਆਂ ਆਖਦੇ ਹਾਂ ਜਥੇਦਾਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲੀ ਆ, ਆਜ਼ਾਦ ਕਬੱਡੀ ਕਲੱਬ ਐਡਮਿੰਟਨ ਦੇ ਮੁੱਖ ਕਰਤਾ ਤਰਤਾ ਨੇ, ਔਰ ਨਾਲ ਹੀ ਅਮਨ ਬਰਾੜ ਜੀ ਮਾਲਵਾ ਗਰੁੱਪ ਵਾਲੇ, ਸਰਪੰਚ ਸਾਡੇ ਵੀ ਲੰਘਿਆ ਨੇ, ਦੋ ਵਿਸ਼ੇਸ਼ ਤੌਰ 'ਤੇ ਪੁੱਜੇ ਨੇ, ਔਰ ਵਿਸ਼ੇਸ਼ ਸਨਮਾਨ ਦੇਣਾ ਜੀਵਨ ਤਲਵੰਡੀ ਭੇਰੀਆ ਅਤੇ ਮਰੀਕ ਖੋਸਾ ਕੋਟਲਾ ਵੈਂਟੇਟਰਾ ਸਾਡੇ ਵੀਰਾਂ ਨੂੰ। ਹਰਜਿੰਦਰ ਸਿੰਘ ਜੀ ਪਹਿਲਵਾਨ ਕਨੇਡਾ ਵਿਸ਼ੇਸ਼ ਤੌਰ 'ਤੇ ਸਾਡੇ ਕੋਲ ਪੁੱਜੇ ਨੇ, ਬਹੁਤ ਧੰਨਵਾਦ ਜੀ ਹਰਜਿੰਦਰ ਸਿੰਘ ਜੀ ਪਹਿਲਵਾਨ ਕਨੇਡਾ, ਉਹਨਾਂ ਦਾ ਵੀ ਧੰਨਵਾਦ। ਔਰ ਯਾਦਗਿਰੀ ਸਨੈਤ ਕਰਾ ਰਹੇ ਨੇ ਸਾਡੇ ਸਾਰੇ ਕਲੱਬ ਦੇ ਨੁਮਾਇੰਦੇ, ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੀ। ਗੁਰਚਰਨ ਕਲੇਰ ਜੀ, ਔਰ ਨੰਬਰਦਾਰ ਸਾਹਿਬ ਹੋਣੀ, ਸਾਰੇ ਵੀ ਸਾਡੇ ਬੱਬੀ ਕਲੇਰ ਹੋਣੀ, ਔਰ ਰਣੀਆ ਸਾਹਿਬ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸ ਕਬੱਡੀ ਕੱਪ 'ਚ, 21,000 ਰੁਪਇਆ ਦੇ ਕੇ ਬਹੁਤ ਵੱਡਾ ਮਾਣ ਵਧਾਇਆ ਜੀ ਸਾਡੇ ਇਸ ਟੂਰਨਾਮੈਂਟ ਦਾ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਸਾਢੇ 8 ਤੇ 9 ਪੁਆਇੰਟ ਜੀ, ਹਾਂਜੀ ਸਾਢੇ 8 ਤੇ 9, ਇਧਰ ਚੜ੍ਹਦੇ ਵਾਲੇ ਪਾਸੇ ਟੀਮ ਜਿਹੜੀ ਘਲ ਕਲਾਂ ਦੀ ਹੈ, ਸਟੇਜ ਵਾਲੇ ਪਾਸੇ ਟੀਮ ਜਿਹੜੀ ਰਾਉਟੀ ਕਲਾਂ ਦੀ, ਇਧਰਲੇ ਬੜੇ ਵੇਖਦੇ ਵੀ ਭਾਈ ਵੀ ਕਬੱਡੀ ਔਰ ਸੋਨਾ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ, ਉਧਰ ਜਥੇਦਾਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲਾ, ਨਾਲ ਹੀ ਸੁੱਖ ਘਲ ਕਲਾਂ ਜੀ, ਸਤਿਕਾਰਯੋਗ ਵੀਰ ਹੈ ਕਮਿਕ ਰੌਗੜ ਜੀ, ਗੁਰਪ੍ਰੀਤ ਬਾਰੇ ਵਾਲਾ, ਸਾਡਾ ਵੀਰ ਬਲਰਾਜ, ਸਾਰੇ ਸਾਡੇ ਸਤਿਕਾਰਯੋਗ ਵੀਰ ਪੁੱਜੇ ਹੈ, ਸੁੱਖ ਘਾਲੀ ਜੀ, ਕਮਿਕ ਰੌਗੜ ਜੀ, ਨਾਲ ਹੀ ਟੋਨਾ ਬਾਰੇ ਵਾਲਾ ਜੀ, ਯਾਦ ਕਬੱਡੀ ਕਲੱਬ ਐਡਮਿੰਟਨ ਦੇ ਮੇਨ ਆਰਗਨਾਈਜ਼ਰ ਨੇ, ਮੇਨ ਕਰਤਾ ਧਰਤਾ ਨੇ, ਸਾਡੇ ਖੇਡ ਮੇਲੇ ਦੇ ਵਿੱਚ ਪੁੱਜਣ ਦੇ ਜੀ ਆਇਆਂ ਆਖਿਆ ਜਾਂਦਾ ਹੈ। ਕੱਲ ਵੀ ਨੌਜਵਾਨ ਦਾ ਭਾਵੀ ਕਬੱਡੀ, ਇੱਕ ਪਾਸੇ ਵੇਖਦੇ ਵੀ ਘਲ ਕਲਾਂ ਦੀ ਟੀਮ ਦੇ ਕਹਿੰਦੇ ਵੀ ਚਾਰ ਨੌਜਵਾਨ ਦੁਨੀਆ ਦੇ ਸੁਪਰ ਸਟਾਰ ਜਾਫੀ ਹੈ, ਇਹ ਸਮੇਂ ਪੈਦੀ ਹੋਈ ਕਬੱਡੀ, ਆ ਗੱਭਰੂ ਦਾ ਕਹਿੰਦੇ ਮੱਲੇ ਵਾਲਾ ਪਿੰਡ ਹੈ, ਸ਼ੀਰੇ ਦਾ ਪਿੰਡ ਹੈ, ਪਰ ਦੂਸਰੇ ਪਾਸੇ ਵੇਖਦੇ ਵੀ ਨੌਜਵਾਨ ਕਹਿੰਦੇ ਅਮਨਦੀਪ
ਸਿੰਘ ਅੰਬੂ ਇਸ ਸਮੇਂ ਸਰਦਾਰ ਕਰਮ ਸਿੰਘ ਦਾ ਸਪੁੱਤਰ ਕਰਦਾ ਦੋ ਹੱਥ ਕਹਿੰਦੇ ਵੀ ਸੰਨ 91 ਦਾ ਬਰਥਾ ਆ ਗੱਭਰੂ ਦਾ ਅੰਬੂ ਘਲਕਲਾਂ ਦੀ ਧਰਤੀ ਦਾ ਚੀਨ ਦੀ ਕੰਧ ਦੇ ਤੌਰ ਤੇ ਜਾਣਿਆ ਜਾਂਦਾ ਜੁਰਬਾਨਾ ਜਾਂ ਫੀਰ ਖੀਰ ਮਦਾਨਾ ਦਾ ਇਸ ਸਮੇਂ ਲਾਉਂਦਾ ਜੱਫਾ ਤੇ ਪੁਆੜ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਆ ਗੱਭਰੂ ਕਹਿੰਦੇ ਮੱਖਣ ਡੀਪੀ ਦੀ ਟੀਮ ਲਈ ਖੇਡਦਾ ਹੈ ਹਰਦਾਸਾ ਫਿਰੋਜ਼ਪੁਰ ਦਾ ਹਰਦਿਆਲ ਦਾ ਛੋਟਾ ਵੀਰ ਹੈ ਸਾਧੂ ਸਿੰਘ ਦੇ ਦੋ ਸਪੁੱਤਰ ਕਬੱਡੀ ਖੇਡਦੇ ਹੈ ਇਸ ਸਮੇਂ ਵੇਖਦੇ ਵੀ ਨੌਜਵਾਨ ਸੁੱਖ ਹਰਦਾਸੇ ਦੀ ਧਰਤੀ ਦਾ ਇੱਧਰ ਘਲਕਲਾਂ ਦੀ ਟੀਮ ਦੇ ਲਈ ਲੱਖਾਂ ਜਿਹੇ ਅੰਕ ਜੋੜਦਾ ਹੋਇਆ ਅਗਲਾ ਮੈਚ ਵੀ ਇਸ ਤੋਂ ਜਿਹੜਾ ਬੜਾ ਤਕੜਾ ਖੇਡਿਆ ਜਾਣਾ ਹੈ ਮਲਕ ਦੇ ਚੰਦਬਾਜੇ ਦੀਆਂ ਟੀਮਾਂ ਜਿਹੜੀਆਂ ਖੇਡ ਮੈਦਾਨ ਵਿੱਚ ਪੁੱਜੀਆਂ ਇਧਰਲੇ ਬੰਨੇ ਵੇਖਦੇ ਵੀ ਨੌਜਵਾਨ ਗੱਭਰੂ ਪਾਉਂਦਾ ਹੋਇਆ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਕਹਿੰਦੇ ਵੀ ਇਧਰਲੇ ਬੰਨੇ ਰਾਊ ਦੇ ਪਿੰਡ ਗੁਰਪ੍ਰੀਤ ਵਰਗਿਆਂ ਦਾ ਪਿੰਡ ਹੈ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੈ ਚਾਰ ਜਾਫੀ ਇਸ ਸਮੇਂ ਘਲਕਲਾ ਪਿੰਡ ਕਹਿੰਦੇ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ ਔਰ ਦੂਸਰੇ ਪਾਸੇ ਦੇਖਦੇ ਵੀ ਡਬਲ ਟੱਚ ਹੈ ਪੁਆਇੰਟ ਜਾਫੀਆਂ ਦਾ ਜੀ ਪੁਆਇੰਟ ਜਾਫੀਆਂ ਦਾ ਪੁਆਇੰਟ ਜਿਹੜਾ ਜਾਫੀਆਂ ਦਾ ਰੈਫਰੀ ਸਾਹਿਬਾਨਾਂ ਦਾ ਫੈਸਲਾ ਹੈ ਚੱਲ ਵੀ ਨੌਜਵਾਨ ਅਲਕੜਾ ਪਿੰਡ ਕਹਿੰਦੇ ਜਿਹੜੇ ਬਰਨਾਲੇ ਦਾ ਪਿੰਡ ਹੈ ਨੌਜਵਾਨ ਦੌਲੀ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਹੈ ਪਰ ਦੂਸਰੇ ਪਾਸੇ ਕਹਿੰਦੇ ਵੀ ਗੇਲਾ ਇੱਕ ਘੋਲੀਏ ਦਾ ਪ੍ਰਸਿੱਧ ਆ ਨੌਜਵਾਨ ਮੱਲੇ ਵਾਲੇ ਪਿੰਡ ਦਾ ਗੇਲਾ ਇਸ ਸਮੇਂ ਕੋਸ਼ਿਸ਼ ਕਰਦਾ ਹੈ ਤੇ ਪੁਆੜ ਜਿਹੜਾ ਦੌਲੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਜਵਾਨਾ ਭਾਵੀ ਕਬੱਡੀ ਮੱਲੇ ਵਾਲੀਆਂ ਗੱਭਰੂ ਇਸ ਚਿੱਟੇ ਰੰਗ ਦੀ ਨੀਕਰ ਹੈ ਰਾਉਕੇ ਦੀ ਟੀਮ ਦੇ ਵੱਲੋਂ ਕਬੱਡੀ ਪਾ ਰਿਹਾ ਹੈ ਉਧਰਲੇ ਬੰਨੇ ਚਾਰ ਜਾਫੀ ਇੱਕ ਕਲੀ ਤੇ ਸੋਨਾ ਹੈ ਦੂਸਰੀ ਕਲੀ ਤੇ ਕਹਿੰਦੇ ਵੀ ਮੰਗਲ ਹੈ ਘਲਕਲਾਂ ਦਾ ਨਾਲ ਅੰਬੂ ਤੇ ਨਾਲ ਵੇਖਦੇ ਵੀ ਲੱਖਾਂ ਆ ਗੱਭਰੂ ਕਹਿੰਦੇ ਵੀ ਇਸ ਵਾਰ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਖੇਡੇਗਾ ਬੂਈਆਂ ਵਾਲੇ ਦੇ ਕੇਵਲ ਹੋਣਾ ਦੀ ਟੀਮ ਦੇ ਲਈ ਹੇਜ ਕਬੱਡੀ ਕਲੱਬ ਨੇ ਚੋਣ ਕੀਤੀ ਆ ਗੱਭਰੂ ਦੀ ਕਹਿੰਦੇ ਵੀ ਘਲਕਲਾਂ ਦਾ ਮੰਗਲ ਲਾਉਂਦਾ ਜੱਫਾ ਤੇ ਪੁਆਇੰਟ ਜਿਹੜਾ ਇਸ ਸਮੇਂ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਧਰਲੇ ਬੰਨੇ ਪਾਈ ਹੋਈ ਕਬੱਡੀ ਹੈ ਨੌਜਵਾਨ ਗੱਭਰੂ ਕਹਿੰਦੇ ਸੁੱਖ ਹੈ ਉਧਰ ਸੋਕੇ ਜੀ ਘਲਕਲਾਂ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਹੈ ਲਓ ਪੈਂਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਸਾਧੂ ਸਿੰਘ ਦਾ ਸਪੁੱਤਰ ਕਬੱਡੀ ਪਾ ਰਿਹਾ ਹੈ ਕਿ ਟੀਵੀ ਅਖਬਾਰਾਂ ਵਿੱਚ ਨਾ ਬੋਲਦਾ ਇੱਕ ਪਿੰਡ ਨਹੀਂ ਥਾਂ ਥਾਂ ਬੋਲਦਾ ਕਿਹਦਾ ਪੁੱਤ ਕਿਹਦਾ ਪੋਤਾ ਕਿਹੜਾ ਪਿੰਡ ਯੋਧਿਆ ਤੇ ਚੰਡਿਆ ਹੈ ਕਿਹੜੇ ਕੋਚ ਮਹਾਨ ਦਾ ਪੁੱਤ ਜਿਹਨਾਂ ਮਾਵਾਂ ਦੇ ਕਬੱਡੀ ਖੇਡਦੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਪੁੱਤ ਜਿਹਨਾਂ ਮਾਵਾਂ ਦੇ ਕਬੱਡੀ ਖੇਡਦੇ ਚਾਰ ਜਾਫੀ ਘਲਕਲਾਂ ਦੀ ਧਰਤੀ ਦੇ ਕਹਿੰਦੇ ਵੀ ਸੁਪਰ ਸਟਾਰ ਖਿਡਾਰੀਆਂ ਦਾ ਪਿੰਡ ਹੈ ਘਲਕਲਾਂ ਇਧਰਲੇ ਬੰਨੇ ਰਾਉਕੇ ਦਾ ਗੱਭਰੂ ਕਬੱਡੀ ਪਾਉਂਦਾ ਲਓ ਚਾਰ ਜਾਫੀਆਂ ਦੇ ਵਿੱਚੋਂ ਲਓ ਵੇਖਦੇ ਵੀ ਇਧਰ ਰਿਚਮੰਡ ਦੀ ਟੀਮ ਲਈ ਖੇਡਿਆ ਮਾਰਟਨ ਵੈਲੀ ਲਈ ਖੇਡਿਆ ਦਸ਼ਮੇਸ਼ ਕਬੱਡੀ ਕਲੱਬ ਕਹਿਲਗਿਰੀ ਦੀ ਟੀਮ ਲਈ ਖੇਡਿਆ ਸੋਨਾ ਘਲਕਲਾਂ ਪਿੰਡ ਦਾ ਕਹਿੰਦੇ ਪੂਰੀ ਕੋਸ਼ਿਸ਼ ਕਰਦਾ ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦਾ ਉਹ ਅਲਕੜੇ ਪਿੰਡ ਦਾ ਦੌਲੀ ਇਧਰ ਮੇਰੀ ਬੇਨਤੀ ਹੈ ਜਿਹੜੇ ਸਪੇਅਰ ਖਿਡਾਰੀ ਹੈ ਕਿਰਪਾ ਕਰਕੇ ਥੱਲੇ ਬੈਠ ਜਾਓ ਥੱਲੇ ਬੈਠ ਜਾਓ ਮੇਰੇ ਵੀਰ ਇਹ ਹੱਥ ਬੰਨ ਕੇ ਬੇਨਤੀ ਹੈ ਮਲਕ ਤੇ ਚੰਦਬਾਜੇ ਦੀਆਂ ਟੀਮਾਂ ਨਾਲ ਹੀ ਮੇਰੀ ਬੇਨਤੀ ਬਾਈ ਜੀ ਜਿਹੜੇ ਐਂਟਰੀ ਕਾਊਂਟਰ ਦੇ ਵੀਰ ਜੀ ਟੀਮ ਜਿਹੜੀ ਟੀਮ ਦਾ ਮੈਚ ਹੈ ਉਹੀ ਟੀਮ ਗਰਾਊਂਡ 'ਚ ਵੜ ਦਿਓ ਇਹ ਹੱਥ ਬੰਨ ਕੇ ਬੇਨਤੀ ਜਿਹਨਾਂ ਦੀ ਡਿਊਟੀ ਹੈ ਨਾ ਕਰਿਓ ਇਧਰ ਗੇਟ ਦੇ ਵਿੱਚ ਜਿਸ ਟੀਮ ਦਾ ਮੈਚ ਹੈ ਉਹੀ ਟੀਮ ਗਰਾਊਂਡ ਦੇ ਵਿੱਚ ਆਉਣ ਦਿਓ ਇਹ ਬੇਨਤੀ ਹੈ ਵੀਰਾਂ ਨੂੰ ਇਧਰ ਬੜੇ ਭਾਈ ਹੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਨਾ ਉਹ ਕਹਿੰਦੇ ਵੀ ਲੱਖਾਂ ਇਸ ਸਮੇਂ ਨੌਜਵਾਨ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਘਲਕਲਾਂ ਦੀ ਟੀਮ ਦਾ ਸੁਪਰ ਸਟਾਰ ਜਾਫੀ ਹੈ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਚੱਲਦੇ ਹੋਏ ਮੈਚ ਦੇ ਵਿੱਚ ਘਲਕਲਾਂ ਦੀ ਟੀਮ ਜਿੱਤ ਗਈ ਹੈ ਘਲਕਲਾਂ ਦੀ ਟੀਮ ਚੱਲਦੇ ਹੋਏ ਮੁਕਾਬਲੇ ਦੀ ਜਿਹੜੀ ਜੇਤੂ ਟੀਮ ਹੈ ਘਲਕਲਾਂ ਜਿੱਤ ਗਈ ਜੀ
ਮਿਹਰਬਾਨੀ ਆਪਣੇ ਦਰਮਿਆਨ ਦਰਬਾਗ ਜੀ ਔਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਹੇਦਾਰ ਤੀਰ ਸਿੰਘ ਮਾਲਾ ਉਹ ਵੀ ਪਹੁੰਚ ਚੁੱਕੇ ਨੇ ਔਰ ਉਹਨਾਂ ਦੇ ਨਾਲ ਹੋਰ ਵੀ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾਂ ਪਹੁੰਚੀਆਂ ਨੇ ਦਵਿੰਦਰ ਰਣੀਆ ਜੀ ਪਹੁੰਚੇ ਨੇ ਔਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਹੇਦਾਰ ਤੀਰ ਸਿੰਘ ਮਾਲਾ ਔਰ ਦਰਬਾਰ ਸਿੰਘ ਜੀ ਲੱਕੀ ਆਪਣੇ ਦਰਬਾਰ ਹੋਰ ਵੀ ਸਤਿਕਾਰਯੋਗ ਸ਼ਖਸੀਅਤਾਂ ਉਹਨਾਂ ਦੇ ਨਾਲ ਇਸ ਸ਼ਹਿਰ ਦੀਆਂ ਮਹਾਨ ਸ਼ਖਸੀਅਤਾਂ ਪੁੱਜੀਆਂ ਨੇ ਸਾਰਿਆਂ ਨੂੰ ਉੱਥੇ ਪਹੁੰਚਣ ਤੇ ਅਕਾਲ ਸਰ ਯੂਥ ਕਲੱਬ ਵੱਲੋਂ ਜੀਆਂ ਆਖਿਆ ਜਾਂਦਾ ਹੈ ਜਿੰਨੇ ਵੀ ਕੰਮ ਚੱਲ ਕੇ ਸਿਰ ਮੱਥੇ ਆ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਉਹਨਾਂ ਦੇ ਨਾਲ ਜਹੇਦਾਰ ਸਾਹਿਬ ਦੇ ਨਾਲ ਪਹੁੰਚੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਬਹੁਤ ਵੱਡਾ ਨਾਂ ਔਰ ਜ਼ਿਲ੍ਹਾ ਪ੍ਰਧਾਨ ਸਰਦਾਰ ਤੀਰ ਸਿੰਘ ਮਾਲਾ ਜਿੰਨੇ ਵੀ ਕੰਮ ਚੱਲ ਕੇ ਸਿਰ ਮੱਥੇ ਆ ਜੀ ਆਇਆਂ ਜੀ ਧੰਨਵਾਦ ਦੂਸਰੇ ਪਾਸੇ ਜਿਹੜੇ ਫਰੀਦਕੋਟ ਦਾ ਚੰਦਬਾਜਾ ਪਿੰਡ ਹੈ ਪਹਿਲੀ ਕਬੱਡੀ ਕਹਿੰਦੇ ਵੀ ਨੌਜਵਾਨ ਸਿੱਧਵਾਂ ਦੇ ਚਿਹਰੇ ਦੀ ਟੀਮ ਦੇ ਕਬੱਡੀਆਂ ਪਾਉਂਦਾ ਪੰਜਾਬ ਦੇ ਕਬੱਡੀ ਕੱਪਾਂ ਤੇ ਇਸ ਸਮੇਂ ਜੱਗੀ ਖੋਰ ਸੀ ਮੱਖਣ ਪਿੰਡ ਦਾ ਪਰ ਦੂਸਰੇ ਪਾਸੇ ਕਹਿੰਦੇ ਵੀ ਰਾਜੂ ਹੈ ਨੌਜਵਾਨ ਚੰਦ ਬਾਜੇ ਦੀ ਧਰਤੀ ਦਾ ਇਸ ਸਮੇਂ ਪਹਿਲਾ ਡੇਢ ਪੁਆਇੰਟ ਜਿਹੜਾ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਪਹਿਲਾ ਡੇਢ ਪੁਆਇੰਟ ਚੰਦ ਬਾਜੇ ਵਾਲੇ ਰਾਜੂ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ ਇੱਕ ਮਿੰਟ ਵੀਰੇ ਇੱਥੇ ਜਹੇਦਾਰ ਸਰਦਾਰ ਤੀਰ ਸਿੰਘ ਮਾਲਾ ਜੀ ਆਉਣ ਤੇ ਇੱਕ ਜਕਾਰਾ ਛੱਡਣਾ ਸਾਡੇ ਸਤਿਕਾਰਯੋਗ ਜਹੇਦਾਰ ਤੀਰ ਸਿੰਘ ਜੀ ਮਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਮੋਗਾ ਸਾਡੇ ਇਸ ਟੂਰਨਾਮੈਂਟ 'ਚ ਪਹੁੰਚੇ ਹੈ ਅਸੀਂ ਇਸ ਕਲੱਬ ਵੱਲੋਂ ਉਹਨਾਂ ਨਾਲ ਰਾਜਬੰਸਜੀਤ ਸਿੰਘ ਜੀ ਮਾਲਾ ਕੌਮੀ ਜਨਰਲ ਕੌਂਸਲ ਮੈਂ ਯੂਥ ਅਕਾਲੀ ਦਲ ਉਹ ਵੀ ਪਹੁੰਚੇ ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਵੀ ਮਾਲਾ ਸਾਹਿਬ ਇਸ ਇਲਾਕੇ ਨਾਲ ਅਤੇ ਇਸ ਕਲੱਬ ਨਾਲ ਸਾਡੇ ਨਾਲ ਪਿੰਨਾ ਕਿੰਨਾ ਪਿਆਰ ਕਰਦੇ ਆ ਰਾਤ 10:30 ਵਜੇ ਮੈਂ ਇਹਨੂੰ ਫੋਨ ਕੀਤਾ ਬੇਨਤੀ ਕੀਤੀ ਵਿਸਾਖੀ ਦਾ ਟਾਈਮ ਸੀ ਇੰਨੇ ਰਜੇਵੇਂ ਸੀਗੇ ਅਤੇ ਅੱਧੇ ਕੁ ਬੋਲਦੇ ਅੱਜ ਤੁਹਾਡੇ ਵਿੱਚ ਖੁੱਲ੍ਹਾ ਡੁੱਲਾ ਟਾਈਮ ਦੇਣ ਆਏ ਹੈ ਅਸੀਂ ਆਪਦੇ ਕਲੱਬ ਨੂੰ ਇਸ ਟੀਮ ਵੱਲੋਂ ਦਰਸ਼ਕਾਂ ਵੱਲੋਂ ਮਾਲਾ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਤੁਸੀਂ ਵੀ ਇੰਨੀ ਕੁ ਕਾਲਜ ਉਹ ਸਾਨੂੰ ਕਰੋਗੇ ਤੁਹਾਡੇ ਨਾਲ ਚਟਾਨ ਵਾਂਗੂ ਖੜ੍ਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਸਿੱਧੂ ਸਾਹਿਬ ਅੱਜ ਇੱਥੇ ਕਹਿੰਦੇ ਵੀ ਤੁਸੀਂ ਸਾਡੇ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਤੁਸੀਂ ਵੀ ਨਿੱਕੇ ਜਿਹੇ ਸੱਦੇ ਨੂੰ ਵੱਡਾ ਸੱਦਾ ਕਬੂਲ ਕੇ ਪਹੁੰਚੇ ਅਤੇ ਅਸੀਂ ਵੀ ਤੁਹਾਡੇ ਨਾਲ ਹਰ ਪਲ ਪੂਰੇ ਖੜ੍ਹੇ ਹਾਂ ਔਰ ਜੀ ਆਇਆਂ ਆਖਦੇ ਇੱਕ ਵਾਰੀ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਬਹੁਤ ਵੱਡਾ ਨਾਂ ਚਾਹੀਦਾ ਤੀਰ ਸਿੰਘ ਜੀ ਮਾਲਾ ਆਪਣੇ ਦਰਮਿਆਨ ਪਹੁੰਚੇ ਨੇ ਅਗਲੀ ਗੱਲ ਮੈਂ ਤੋਂ ਦਰਬਾਗ ਜੀ ਲਓ ਇਧਰਲੇ ਪਾਸੇ ਵੇਖਦੇ ਵੀ ਮਲਕ ਪਿੰਡ ਦਾ ਹੇਤਾ ਕਹਿੰਦੇ ਦੁਨੀਆ ਦੇ ਚਰਵਾਰੇ ਜਾਫੀਆਂ ਦੇ ਵਿੱਚ ਜਾਣਿਆ ਜਾਂਦਾ ਹੈ ਇਸ ਸਮੇਂ ਲਾਉਂਦਾ ਜੱਫਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਇਹ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਜੱਗੀ ਗੋਰ ਸਿੰਘ ਮੱਖਣ ਪਿੰਡ ਦਾ ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਪਾ ਰਿਹਾ ਹੈ ਦੇਖਦੇ ਵੀ ਚਾਰ ਜਾਫੀ ਹੈ ਇਧਰਲੇ ਬੜੇ ਚੰਦਬਾਜੇ ਪਿੰਡ ਦੇ ਲਓ ਗੋਰ ਸਿੰਘ ਮੱਖਣ ਦੇ ਜੱਗੀ ਦੀ ਪੈਂਦੀ ਹੋਈ ਕਬੱਡੀ ਚਾਰ ਜਾਫੀਆਂ ਦੇ ਵਿੱਚ ਰਾਜੂ ਚੰਦਬਾਜੇ ਪਿੰਡ ਦਾ ਪਰ ਇੱਕ ਪਾਸੇ ਵੇਖਦੇ ਵੀ ਜੱਗੀ ਗੋਰ ਸਿੰਘ ਮੱਖਣ ਦਾ ਕਹਿੰਦੇ ਬੱਦੋਬਾਲ ਦੇ ਖੇਡ ਮੇਲੇ ਦਾ ਨੈਣੋ ਜੇਤੂ ਖਿਡਾਰੀ ਇਸ ਸਮੇਂ ਆਪਣੀ ਟੀਮ ਦੇ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਉਧਰ ਜਥੇਦਾਰ ਤੀਰ ਸਿੰਘ ਜੀ ਮਾਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਗਾ ਸਾਡੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ ਜਥੇਦਾਰ
ਤੋਤਾ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਸਾਡੀਆਂ ਸਾਰੀਆਂ ਹੀ ਆਈਆਂ ਹੋਈਆਂ ਸਤਿਕਾਰਯੋਗ ਸ਼ਖਸੀਅਤਾਂ ਰਣੀਆਂ ਸਾਹਿਬ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਪਰ ਇਸ ਸਮੇਂ ਵੇਖਦੇ ਵੀ ਖੇਡ ਮੈਦਾਨ ਦੇ ਵਿੱਚ ਮਨਦੀਪ ਸਿੰਘ ਕਹਿੰਦੇ ਕੋਕਰੀ ਪਿੰਡ ਹੈ ਆਹ ਨੌਜਵਾਨ ਖਿਡਾਰੀ ਦਾ ਪਰ ਦੂਸਰੇ ਪਾਸੇ ਮਲਕ ਪਿੰਡ ਹਿੰਦੇ ਦਾ ਤੇ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਇਧਰਲੇ ਆਪਣੇ ਬਿੰਦਰ ਕਹਿੰਦੇ ਵੀ ਵੈਲੀ ਦਾ ਪਿੰਡ ਹੈ ਸਵਰਨੇ ਦਾ ਪਿੰਡ ਹੈ ਚੂੜ ਚੱਕ ਪੱਪੂ ਦੀਆਂ ਗੱਲਾਂ ਹੁੰਦੀਆਂ ਨਾ ਉਹ ਦੇਖਦੇ ਵੀ ਉਸੇ ਹੀ ਪਿੰਡ ਦਾ ਨੌਜਵਾਨ ਗੱਭਰੂ ਇਸ ਸਮੇਂ ਪੁਆਇੰਟ ਜਿਹੜਾ ਮਲਕ ਦੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਬਿੰਦਰ ਇਸ ਸਮੇਂ ਪੁਆਇੰਟ ਜਿਹੜਾ ਮਲਕ ਦੇ ਲਈ ਜੋੜ ਰਿਹਾ ਹੈ ਚੱਲ ਵੀ ਜਵਾਨਾ ਪਾ ਵੀ ਕਬੱਡੀ ਅਗਲਾ ਮੈਚ ਇੰਦਗੜ ਤੇ ਲੰਡੇ ਦੀਆਂ ਟੀਮਾਂ ਇੰਦਗੜ ਵਾਰਸੀ ਜੇ ਲੰਡੇ ਨਾਲ ਹੀ ਮੇਰੀ ਬੇਨਤੀ ਹੈ ਰੱਜੀ ਵਾਲਾ ਤੇ ਚੂੜ ਚੱਕ ਸਾਫੂ ਵਾਲਾ ਤੇ ਮਾਰੂ ਤੇ ਨੱਥੋਕੇ ਤੇ ਖੋਸਾ ਰਣਧੀਰ ਰਾਣਾ ਕਲੱਬ ਦੌਦਰ ਤੇ ਅਕਾਲਸਰ ਮੋਗੇ ਦੀਆਂ ਟੀਮਾਂ ਲੋ ਇੱਕ ਪਾਸੇ ਹੈਪੀ ਮਲਕ ਪਿੰਡ ਦਾ ਵਾਹਲਾ ਹੀ ਰੀਸਾਂ ਦੇਖਦੇ ਵੀ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨ ਜੱਗੀ ਇਸ ਸਮੇਂ ਦੇਖਦੇ ਵੀ ਇੱਕ ਮੌੜ ਨਾਮੇ ਵਾਲਾ ਜੱਗੀ ਭਵਾਨ ਹੈ ਕਦੇ ਵੇਖਦੇ ਵੀ ਵੱਡੇ ਘਰ ਦੇ ਜੱਗੀ ਦੀਆਂ ਗੱਲਾਂ ਪਰ ਇੱਧਰਲੇ ਬੜੇ ਗੋਰਸੀਆਂ ਮੱਖਣ ਪਿੰਡ ਹੈ ਨੌਜਵਾਨ ਗੱਭਰੂ ਦਾ ਤੇ ਪੁਆਇੰਟ ਜਿਹੜਾ ਇਸ ਸਮੇਂ ਮਲਕ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਜਵਾਨਾ ਪਾ ਵੀ ਕਬੱਡੀ ਅਗਲੀ ਕਬੱਡੀ ਫਿਰ ਵੇਖਦੇ ਵੀ ਕੋਕਰੀ ਕਲਾ ਪਿੰਡ ਕਹਿੰਦੇ ਵੀ ਗਿੱਲ ਹਰਦੀਪ ਦਾ ਪਿੰਡ ਹੈ ਨਾ ਉਸੇ ਹੀ ਪਿੰਡ ਦਾ ਆਹ ਨੌਜਵਾਨ ਮਨਦੀਪ ਇਸ ਸਮੇਂ ਦੇਖਦੇ ਗੋਰਾ ਨਿਸ਼ੋਰਾ ਰੰਗ ਹੈ ਸਰੀਰ ਵੀ ਫੁਰਤੀਲਾ ਹੈ ਖੇਡ ਦੇ ਮੈਦਾਨ ਦਾ ਖਿਡਾਰੀ ਹੈ ਜਸ਼ੀਲਾ ਹੈ ਜਸ਼ੀਲੇ ਖਿਡਾਰੀ ਪੁੱਜੇ ਨੇ ਅੱਜ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਇੱਕ ਪਾਸੇ ਮੁੰਡਾ ਮਲਕ ਪਿੰਡ ਦਾ ਪਰ ਦੂਸਰੇ ਪਾਸੇ ਨੌਜਵਾਨ ਗੱਭਰੂ ਚੰਦ ਬਾਜੇ ਦੇ ਵੱਲੋਂ ਕਬੱਡੀ ਪਾ ਰਿਹਾ ਕੋਕਰੀ ਵਾਲਾ ਸਾਹਮਣੇ ਦੇਖਦੇ ਵੀ ਪਟਾਕੇ ਪੈਂਦੇ ਹੈ ਟਾਕੇ ਖੇਡਦੇ ਹੈ ਕੀ ਛੱਡਦੇ ਛੋਟਿਆ ਵੀਰਾ ਕਰਨੀ ਰੀਸ ਸ਼ਰਾਬੀਆਂ ਦੀ ਵੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ ਵਾਹ ਨਹੀਂ ਰੀਸਾਂ ਤੈਨੂੰ ਇੱਕ ਦੇ ਜ਼ੋਰ ਨਾਲ ਲੈ ਜਾਣਾ ਗੱਲ ਛੱਡਣੀ ਨਹੀਂ ਨਸੀਬਾਂ ਤੇ ਇਹਨੂੰ ਕਹਿੰਦੇ ਇੱਕ ਦੇ ਜ਼ੋਰ ਵਾਲਾ ਜੱਫਾ ਚੱਲ ਵੀ ਜਵਾਨਾ ਪਾ ਵੀ ਕਬੱਡੀ ਇਧਰ ਬੜੇ ਪਾਈ ਕਬੱਡੀ ਵਿੰਦਰ ਕਬੱਡੀ ਕਬੱਡੀ ਕਰਦਾ ਹੋਇਆ ਔਰ ਸਾਹਮਣੇ ਦੇਖਦੇ ਹੈ ਵੀ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲਾ ਮੈਚ ਇੰਦਗੜ ਤੇ ਲੰਡੇ ਦੀਆਂ ਟੀਮਾਂ ਦਾ ਖੇਡਿਆ ਜਾਵੇਗਾ ਇੰਦਗੜ ਤੇ ਲੰਡੇ ਇਸੇ ਨਾਲ ਹੀ ਮੈਚ ਜਿਹੜਾ ਸਮਾਪਤ ਹੈ ਮਲਕ ਜਿੱਤ ਗਿਆ ਵੀਰ ਮਲਕ ਦੀ ਟੀਮ ਜੇਤੂ ਰਹੀ ਹੈ ਮਲਕ ਜਿੱਤ ਗਈ ਜੀ ਨੋਟ ਕਰ ਲਓ ਔਰ ਸਾਡੇ ਦਰਮਿਆਨ ਜਹੇਦਾਰ ਤੀਰ ਸਿੰਘ ਜੀ ਮੱਲਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਹੋਰ ਵੀ ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਵਿੱਚ ਰਾਜਵੰਤ ਜੀ ਮੱਲਾ ਉਹ ਵੀ ਉਹਨਾਂ ਦਰਮਿਆਨ ਸਾਡੇ ਨਾਲ ਪਹੁੰਚੇ ਨੇ ਅਸੀਂ ਇੱਥੇ ਪਹੁੰਚਿਆ ਤੇ ਜੀ ਆਖਦੇ ਆ ਨਾਲ ਹੀ ਤੇਜਿੰਦਰ ਸਿੰਘ ਜੀ ਸੀਨੀਅਰ ਅਕਾਲੀ ਆਗੂ ਹੈ ਸਾਰੇ ਵੀਰ ਪੁੱਜੇ ਨੇ ਔਰ ਜਿੰਨੀਆਂ ਵੀ ਸਤਿਕਾਰਯੋਗ ਸ਼ਹਿਰ ਦੀਆਂ ਹੋਰ ਸ਼ਖਸੀਅਤਾਂ ਜਿਨ੍ਹਾਂ ਨੇ ਵੱਡਾ ਯੋਗਦਾਨ ਸਾਨੂੰ ਇਸ ਕਬੱਡੀ ਕੱਪ ਦਿੱਤਾ ਹੈ ਜਿੰਨੇ ਵੀ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀਨੀਅਰ ਆਗੂ ਪੁੱਜੇ ਨੇ ਮੋਗੇ ਸ਼ਹਿਰ ਦੇ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਅਕਾਲਸਰ ਯੂਥ ਕਲੱਬ ਵੱਲੋਂ ਜੀਆਂ ਆਖਿਆ ਜਾਂਦਾ ਹੈ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਹੈ ਜਿੰਨੇ ਵੀ ਕਦਮ ਚੱਲ ਕੇ ਸਿਰ ਮੱਥੇ ਹੈ ਔਰ ਇੱਕ ਵਾਰੀ ਫਿਰ ਅਸੀਂ ਇੱਥੇ ਪਹੁੰਚੇ ਤੇ ਜਹੇਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਕੀਮਤੀ ਸਮਾਂ ਚੋਂ ਸਮਾਂ ਕੱਢ ਕੇ ਪੁੱਜੇ ਨੇ ਮਿਹਰਬਾਨੀ ਸ਼ੁਕਰੀਆ ਮੈਕ ਟੂ ਗਰਾਊਂਡ ਲਓ ਇਸ ਸਮੇਂ ਮੈਚ ਜਿਹੜਾ ਇਹ ਵੀ ਖੇਡ ਮੈਦਾਨ ਦੇ ਵਿਚਕਾਰ ਬੜਾ ਤਕੜਾ ਖੇਡਿਆ ਜਾਣਾ ਹੈ ਇੱਕ ਪਾਸੇ ਟੀਮ ਜਿਹੜੀ ਇੰਦਗੜ ਦੀ ਹੈ ਦੂਸਰੇ ਪਾਸੇ ਟੀਮ ਜਿਹੜੀ ਲੰਡੇ ਪਿੰਡ ਦੀ ਹੈ ਦੋਨੋਂ ਨਗਰ ਕਬੱਡੀ ਦੇ ਖੇਤਰ ਦੇ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਬੜਾ ਤਕੜਾ ਮੁਕਾਬਲਾ ਇਸ ਸਮੇਂ ਖੇਡ ਮੈਦਾਨ ਦੇ ਵਿਚਕਾਰ ਹੈ
ਇਸ ਤੋਂ ਅਗਲਾ ਮੈਚ ਰੱਜੀ ਵਾਲਾ ਤੇ ਚੂੜ ਚੱਕ ਦੀਆਂ ਟੀਮਾਂ ਦਾ ਖੇਡਿਆ ਜਾਣਾ ਹੈ। ਨਾਲ ਹੀ ਸਾਫੂ ਵਾਲਾ ਤੇ ਮਾਰੂ ਕੇ ਇਹ ਨੱਥੋ ਕੇ ਵਾਰਸੀ ਖੋਸਾ ਰਣਧੀਰ ਉਧਰ ਕਹਿੰਦੇ ਲੱਗੇ ਆ ਜੀ ਅਮਰ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਕਹਿੰਦੇ ਵੀ ਅੱਜ ਤਲਵੰਡੀ ਭੰਗੇਰੀਆਂ ਵਾਲੇ ਜੀਵਨ ਦਾ ਵਿਸ਼ੇਸ਼ ਤੌਰ ਤੇ ਮਾਨਸਰਮਾ ਨਾਲ ਹੀ ਖੋਸੇ ਕੋਟਲੇ ਦੇ ਅਮਰੀਕ ਦਾ ਕਰਿਆਲ ਪਿੰਡ ਦਾ ਸੁੱਖਾ ਸਾਡੀ ਜ਼ਿੰਦਗੀ ਦਾ ਪਰਮ ਮਿੱਤਰ ਹੈ ਉਧਰ ਜੱਸੀ ਹੈ ਡਾਲੇ ਪਿੰਡ ਵਾਲਾ ਮਨਪ੍ਰੀਤ ਹੈ। ਅਸੀਂ ਸਤਿਕਾਰਯੋਗ ਜਥੇਦਾਰ ਤੀਰਥ ਸਿੰਘ ਜੀ ਮਾਲਾ ਸਾਹਿਬ ਕਿ ਬਹੁਤ ਹੀ ਇੱਕ ਹੈਲੋ ਜੋ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਨਿਤਾਰਕ ਜਰਨੈਲ ਹੈ, ਅਸੀਂ ਸਮੂਹ ਕਲੱਬ ਵੱਲੋਂ ਸਮੂਹ ਨਰਕਸ਼ਕਾਂ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਇੱਥੇ ਪੁੱਜਣ ਦੇ ਕੋਟਨਕੋਟ ਧੰਨਵਾਦ। ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਨੂੰ ਹੁਣ ਸਟੇਜ 'ਤੇ ਆ ਕੇ ਸੰਗਤਾਂ ਦੇ ਰੂਬਰੂ ਹੋਣ। ਤੀਰਥ ਸਿੰਘ ਜੀ ਮਾਲਾ ਹੈਲੋ ਹੈਲੋ ਅਕਾਲ ਸਰ ਯੂਥ ਕਲੱਬ ਦੇ ਪ੍ਰਧਾਨ ਸਾਹਿਬ ਅਤੇ ਸਾਰੇ ਮੈਂਬਰ ਸਾਹਿਬਾਨ, ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਮੇਰੇ ਸਾਹਮਣੇ ਬੈਠੇ ਹੋਏ ਖਿਲਾੜੀ ਵੀਰ ਅਤੇ ਦਰਸ਼ਕ ਵੀਰ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਸਤਿਗੁਰ ਨਦਰ ਕਰੇ, ਸੱਚੇ ਪਾਤਸ਼ਾਹ ਨੇ ਬੜੀ ਤੁਹਾਡੇ 'ਤੇ ਪਾਰ ਕਿਰਪਾ ਕੀਤੀ ਹੈ ਇਸ ਯੂਥ ਕਲੱਬ 'ਤੇ ਕਿ ਤੁਸੀਂ ਵਧੀਆ ਇਹ ਰਾਹ ਚੁਣਿਆ ਕਿ ਟੂਰਨਾਮੈਂਟ ਕਰਾਈਏ। ਇਹ ਟੂਰਨਾਮੈਂਟ ਕਰਾਉਣ ਦੇ ਨਾਲ ਇੰਨਾ ਉਤਸ਼ਾਹ ਮਿਲਦਾ ਖਿਲਾੜੀ ਵੀਰਾਂ ਨੂੰ, ਕਿਉਂਕਿ ਅੱਜ ਕੱਲ੍ਹ ਜਿਹੜਾ ਨਸ਼ਿਆਂ ਦਾ ਦਰਿਆ ਚੱਲ ਰਿਹਾ, ਇੱਕੋ ਇੱਕ ਠੱਲ ਪਾਉਣ ਦੀ ਜਿਹੜੀ ਗੱਲ ਹੈ ਉਹ ਕਿ ਜਿੰਨੇ ਵੀ ਟੂਰਨਾਮੈਂਟ ਕਰਾਏ ਜਾਣ ਉਹਨੇ ਥੋੜ੍ਹੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਡਿਪਟੀ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਨੇ ਬਹੁਤ ਵੱਡਾ ਬੜਾਵਾ ਦਿੱਤਾ ਆਪਣੀ ਮਾਂ ਖੇਡ ਕਬੱਡੀ ਨੂੰ, ਉਹਨਾਂ ਨੇ ਦੁਨੀਆਂ ਦੇ ਨਕਸ਼ੇ ਦੇ ਵਿੱਚ ਦੱਸ ਦਿੱਤਾ ਕਿ ਕਬੱਡੀ ਜਿਹੜੀ ਇਹ ਬਹੁਤ ਵੱਡੀ ਖੇਡ ਹੈ, ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੇ ਟੂਰਨਾਮੈਂਟ ਹੁੰਦੇ ਨੇ। ਮੈਨੂੰ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਜਾਣ ਦਾ ਟਾਈਮ ਮਿਲਿਆ ਸੀ, ਉੱਥੇ ਵੀ ਕਈਆਂ ਟੂਰਨਾਮੈਂਟਾਂ 'ਤੇ ਜਾਣ ਦਾ ਮੌਕਾ ਮਿਲਿਆ, ਤਾਂ ਕਿ ਉੱਥੇ ਜਿਵੇਂ ਰਣੀਆ ਸਾਹਿਬ ਨੇ ਸਾਰੇ ਉੱਥੇ ਜਾ ਕੇ ਵੀ ਸੇਵਾ ਕਰਦੇ ਨੇ ਆਪਣੀ ਮਾਂ ਖੇਡ ਕਬੱਡੀ ਦੀ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਨਸ਼ਿਆਂ ਤੋਂ ਦੂਰ ਰਹਿਣ ਦਾ ਉਪਰਾਲਾ ਇੱਕੋ ਇੱਕ ਹੈ। ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ ਕਿ ਆਪਾਂ ਖੇਡ ਵੇਖਣੀ ਹੈ, ਇੰਨਾ ਕੁਛ ਕਹਿੰਦਾ ਖਿਮਾ ਦਾ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰੂੰ ਰਾਜਵੰਤ ਸਿੰਘ ਜੀ ਮਾਲਾ ਸਾਹਿਬ ਨੂੰ ਬਈ ਮਾਲਾ ਸਾਹਿਬ ਦੇ ਆਏ ਨਾਲ ਟੀਮ ਨੂੰ ਧੰਨਵਾਦ ਕਰਨ। ਚਲੋ ਠੀਕ ਹੈ ਜੀ, ਇਸ ਟੂਰਨਾਮੈਂਟ ਨੂੰ
ਸਾਡੇ ਜਹੇਦਾਰ ਜੀ 5100 ਰੁਪਈਆ ਮਾਨ ਦੇ ਕੇ ਗਏ ਆ, ਉਹ ਖਜ਼ਾਨਚੀ ਸਾਹਿਬ ਮੇਰੇ ਤੋਂ ਲੈ ਲੈਣ। ਮਾਲਾ ਸਾਹਿਬ 5100 ਰੁਪਈਆ ਇਸ ਟੂਰਨਾਮੈਂਟ ਨੂੰ ਸਹਾਇਕਾ ਮਹਿਕ ਸਹਾਇਕਾ ਦੇ ਕੇ ਗਏ, ਅਸੀਂ ਬਹੁਤ ਬਹੁਤ ਧੰਨਵਾਦੀ ਉਹਨਾਂ ਦੇ, ਤਹਿ ਦਿਲੋਂ ਧੰਨਵਾਦੀ ਹੈ। ਸੈਕਟਰੀ ਸਾਹਿਬ ਮੇਰੇ ਤੋਂ ਆ ਕੇ ਉਹ ਮਾਇਆ ਲੈ ਲੈਣ। ਧੰਨਵਾਦ, ਵਾਹਿਗੁਰੂ ਜੀ। ਲਓ ਇਧਰਲੇ ਬੰਨੇ ਮੈਚ ਵੀ ਜਿਹੜਾ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਇੱਕ ਪਾਸੇ ਜਨੇਤਪੁਰੀ ਅਮਰੂ, ਚੱਲ ਵੀ ਨੌਜਵਾਨ ਪਾਵੀ ਕਬੱਡੀ। ਇਧਰਲੇ ਬੰਨੇ ਇੰਦਗੜ ਪਿੰਡ ਹੈ, ਨੌਜਵਾਨ ਕਬੱਡੀ ਖਿਡਾਰੀ ਕਹਿੰਦੇ ਵੀ ਨਿੰਦੂ ਇਸ ਸਮੇਂ ਕਬੱਡੀ ਪਾ ਰਿਹਾ ਸਿੰਧ ਸਰਦਾਰ ਗੱਭਰੂ ਇੰਦਗੜ ਦੀ ਧਰਤੀ ਦਾ ਚਾਰ ਯਾਫੀ ਕਹਿੰਦੇ ਲੰਡੇ ਪਿੰਡ ਪੂਰੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਇਧਰਲੇ ਬੜੇ ਪਾਈ ਹੋਈ ਕਬੱਡੀ ਨੌਜਵਾਨ ਗੱਭਰੂ ਦੀ ਭਰਤੀ ਭਾਵੇਂ ਕਰੀ ਵੀ ਇਸ ਸਮੇਂ ਲੰਡੇ ਪਿੰਡ ਦਾ ਨੌਜਵਾਨ ਕਹਿੰਦੇ ਸਾਧੂ ਸਿੰਘ ਬਰਾੜ ਦੀ ਟੀਮ ਲਈ ਖੇਡਦਾ ਹੈ। ਪੁਆਇੰਟ ਜਿਹੜਾ ਇਸ ਸਮੇਂ ਧਾਵੀ ਦੇ ਹਿੱਸੇ ਜੁੜਦਾ ਹੋਇਆ। ਲਓ ਅਗਲੀ ਕਬੱਡੀ, ਇਸ ਸਮੇਂ ਕਹਿੰਦੇ ਯਾਦ ਕਬੱਡੀ ਕਲੱਬ ਐਡਮਿੰਟਨ ਘੱਲਕਲਾਂ ਦੀ ਟੀਮ ਲਈ ਖੇਡਣ ਵਾਲਾ ਨੌਜਵਾਨ ਗੁਰਪਿੰਦਾ ਸਮਾਧ ਭਾਈ ਪਿੰਡ ਦਾ ਇਸ ਸਮੇਂ ਕਬੱਡੀ ਪਾਉਂਦਾ ਹੈ। ਇਧਰਲੇ ਬੜੇ ਚਾਰ ਜਾਫੀ ਹੈ, ਇੱਕ ਅਲੀ ਤੇ ਵੇਖਦੇ ਵੀ ਨੌਜਵਾਨ ਅਮਰੂ ਜਨੇਤਪੁਰੇ ਦਾ, ਦੂਸਰੇ ਪਾਸੇ ਬਗੀਚਾ ਇੰਦਗੜੀਆ, ਇਧਰਲੇ ਬੜੇ ਗਿੱਲ ਵੀ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ। ਪੁਆਇੰਟ ਇਸ ਸਮੇਂ ਲੰਡਿਆਂ ਦੀ ਟੀਮ ਦਾ ਹੈ। ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਅਗਲਾ ਮੈਚ ਰੱਜੀ ਵਾਲਾ ਤੇ ਚੂੜ ਚੱਕ, ਸਾਪੂ ਵਾਲਾ ਤੇ ਮਾਰੂ ਕੇ ਨੱਥੋ ਕੇ ਵਾਰਸੀ ਫੋਸਾ ਰਣਧੀਰ। ਮੇਰੀ ਬੇਨਤੀ ਹੈ ਸਪੇਅਰ ਖਿਡਾਰੀ ਜਿਹੜੇ ਟੀਮਾਂ ਦੇ, ਕਿਰਪਾ ਕਰਕੇ ਥੱਲੇ ਬੈਠ ਜਾਣ, ਇਹ ਹੱਥ ਬੰਨ ਕੇ ਬੇਨਤੀ ਹੈ। ਚੱਲ ਵੀ ਨੌਜਵਾਨ ਪਾਵੀ ਕਬੱਡੀ, ਇਹਦੇ ਬੜੇ ਕਹਿੰਦੇ ਵੀ ਧਰਮਕੋਟ ਦੇ ਲਾਗੇ ਪਿੰਡ ਬੱਡੂਵਾਲ ਹੈ, ਤਕੜਾ ਇਸ ਸਮੇਂ ਕਬੱਡੀ ਪਾ ਰਿਹਾ। ਸੋ ਨਿਹਾਲ, ਸੋ ਨਾਲ ਦੀ ਨਾਲ ਸਟੇਜ 'ਤੇ ਜਿਹੜੇ ਸਨਮਾਨ ਚਿੰਨ੍ਹ ਦਿੱਤੇ ਜਾ ਰਹੇ ਨੇ, ਜਿੰਨੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਹੁੰਚੇ ਨੇ, ਰਾਜਵੰਤ ਜੀ ਮਾਲਾ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਤੇਜਿੰਦਰ ਸਿੰਘ ਜੀ, ਜਹੇਦਾਰ ਤੀਸਰ ਜੀ ਮਾਲਾ ਉਹਨਾਂ ਦਾ ਵਿਸ਼ੇਸ਼ ਸਨਮਾਨ, ਅਕਾਲਸਰ ਯੂਥ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਦਿੱਤੇ ਜਾ ਰਹੇ ਨੇ। ਉਧਰੋਂ ਮੈਚ ਵੀ ਬਹੁਤ ਤਕੜਾ ਹੈ। ਇੱਕ ਪਾਸੇ ਵੇਖਦੇ ਵੀ ਇੰਦਗੜੀਏ ਗੱਭਰੂ ਖੜੇ ਆ, ਲੰਡਿਆਂ ਦੀ ਟੀਮ ਬਹੁਤ ਤਕੜੀ, ਦੋਨੋਂ ਟੀਮਾਂ ਪੂਰੀ ਫਸਵੀਂ ਟੱਕਰ ਹੈ। ਅਗਲੀ ਮੈਚ ਤੇ ਗੱਲ ਕਰੇਗਾ ਦਰਬਾਗ ਜੀ। ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਕਿਉਂਕਿ ਦੋਨੋਂ ਟੀਮਾਂ ਦੇ ਵਿੱਚ ਇੱਕ ਇੱਕ ਜਾਫੀ ਜਿਹੜਾ ਖੇਡਦਾ ਹੈ। ਇੱਧਰ ਕਹਿੰਦੇ ਅਮਰੂ ਵੀ ਬੱਦੋਵਾਲ ਦੇ ਖੇਡ ਮੇਲੇ ਤੇ ਨੈਰੋ ਜਿੱਤੀ ਹੈ, ਉਧਰ ਲੰਡਿਆਂ ਵਾਲੇ ਜਾਂਟੇ ਨੇ ਨੈਰੋ ਜਿੱਤੀ ਹੈ। ਇਸ ਸਮੇਂ ਵੇਖਦੇ ਵੀ ਨੌਜਵਾਨ ਲੰਡੇ ਪਿੰਡ ਦਾ ਵਰਿੰਦਰ ਉੱਚੇ ਲੰਮੇ ਘੱਟ ਵਾਲਾ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ। ਇੱਧਰਲੇ ਬੰਨੇ ਵੇਖਦੇ ਵੀ ਮੁੰਡਾ ਇੰਦਗੜੀ ਆ, ਪੂਰੀ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਮੱਧੋ ਕੇ ਪਿੰਡ ਦਾ ਇਕਬਾਲ ਕਹਿੰਦੇ ਵੀ ਅਲਬਾਟਾ ਦੇ ਖੇਡ ਮੈਦਾਨਾਂ ਵਿੱਚ ਰੈਫਰੀਸ਼ਿਪ ਕੀਤੀ ਹੈ। ਪੁਆਇੰਟ ਜਿਹੜਾ ਇਸ ਸਮੇਂ ਧਾਵੀ ਦੇ ਹਿੱਸੇ ਹੈ। ਚੱਲ ਵੀ ਨੌਜਵਾਨ ਭਾਵੀ ਕਬੱਡੀ, ਇਸ ਸਮੇਂ ਨਿੱਧੂ ਇੰਦਗੜ ਪਿੰਡ ਦਾ ਗੱਭਰੂ ਸਿੰਘ ਇਜ਼ ਕਿੰਗ ਹੈ ਕਿ ਨਾ ਕੋਈ ਉਹਨਾਂ ਵਰਗਾ ਹੋਇਆ, ਨਾ ਕੋਈ ਉਹਨਾਂ ਵਰਗਾ ਹੋਣਾ। ਜੁਗਾਂ ਜੁਗਾਂ ਤੋਂ ਗੱਲਾਂ ਚੱਲਦੀਆਂ ਜਿਸ ਦਰਵੇਸ਼ ਦੀਆਂ, ਕੌਣ ਕਰੂਗਾ ਰਿਸ਼ਾ ਕਰਨਗੀ ਧਰ ਦਸ਼ਮੇਸ਼ ਦੀਆਂ। ਇਧਰਲੇ ਪਾਸੇ ਵੇਖਦੇ ਵੀ ਪੀਤੋ ਮੀਨੀਆਂ ਵਾਲਾ, ਵਾਹ, ਦੇਖਦੇ ਵੀ ਭਰਿੰਡ ਦਾ ਖਿਤਾਬ ਹੈ ਆ ਜਾਫੀ ਨੂੰ, ਕਹਿੰਦੇ ਵੀ ਉੱਡਣੇ ਭਰਿੰਡ ਵਰਗਾ ਜਾਫੀ ਹੈ। ਇਸ ਸਮੇਂ ਪੀਤੋ ਮੀਨੀਏ ਪਿੰਡ ਦਾ ਲੱਖੇ ਵਰਗੇ ਪ੍ਰਸਿੱਧ ਹੈ, ਰਣਜੀਤ ਦਾ ਪਿੰਡ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਨਿੰਦੂ ਦੇ ਹਿੱਸੇ ਜੁੜਦਾ ਹੈ। ਚੱਲ ਵੀ ਜਵਾਨਾਂ ਪਾਵੀ ਕਬੱਡੀ, ਸਮਾਨ ਭਾਈ ਪਿੰਡ ਦਾ ਕਹਿੰਦੇ ਵੀ ਨੌਜਵਾਨ ਵਰਿਆ ਪਾਏ ਦੇ ਪਾਸੇ ਔਕੜਾਂ ਵਾਲੇ ਕਮਿਕਰ ਹੋਣਾ ਦੀ ਟੀਮ ਲਈ, ਢਾਲਾਂ ਵਾਲੇ ਸੁੱਖ ਹੋਣਾ ਦੀ ਟੀਮ ਦੇ ਲਈ, ਨੌਜਵਾਨ ਕਹਿੰਦੇ ਵੀ ਉਧਰ ਬਾਰੇ ਵਾਲੀ ਟੋਨੇ ਦੀ ਟੀਮ ਲਈ ਖੇਡਦਾ ਹੈ। ਪਰ ਆਹ ਦੇਖਦੇ ਵੀ ਸਾਧੂ ਸਿੰਘ ਬਰਾੜ ਦੀ ਟੀਮ ਦਾ ਕਹਿੰਦੇ ਦੁਨੀਆ ਦਾ ਸੁਪਰ ਸਟਾਰ ਜਾਫੀ ਹੈ ਅਮਰੂ ਜਨੇਤਪੁਰੇ ਆ, ਇਸ ਸਮੇਂ ਲਾਉਂਦਾ ਜਾਫਾ। ਲਓ ਇਸ ਸਮੇਂ ਦੇਖਦੇ ਵੀ ਬੱਦੋਵਾਲ ਦੇ ਖੇਡ ਮੇਲੇ ਦਾ ਇਹ
ਵਾਧੂ ਜਾਫੀ ਇਸ ਸਮੇਂ ਪੂਰੀ ਕੋਸ਼ਿਸ਼ ਕਰਦਾ ਹੋਇਆ ਦੇਖਦੇ ਵੀ ਮਾਰੇ ਅਮਰੂ ਜਨੇਤਪੁਰੀ ਦਾਜ ਯੋਧਿਆ ਜਿਵੇਂ ਫੜਦਾ ਸ਼ਿਕਾਰੀ ਕੋਈ ਬਾਜ ਯੋਧਿਆ ਮਾਰੇ ਅਮਰੂ ਜਨੇਤਪੁਰੀ ਦਾਜ ਯੋਧਿਆ ਪੁਆਇੰਟ ਜਿਹੜਾ ਇਸ ਸਮੇਂ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ ਇੱਧਰ ਪੰਜਾਬ ਲਾਈਵ 1.com ਵਾਲੇ ਸਾਡੇ ਵੀ ਲਾਈਵ ਟੈਲੀਕਾਸਟ ਹੈ ਕਹਿੰਦੇ ਪੂਰੀ ਦੁਨੀਆ ਭਰ ਦੇ ਵਿੱਚ ਇਸ ਸਮੇਂ ਉੱਧਰ ਸਰੀ ਗਿੱਲ ਜੀ ਕਬੱਡੀ ਮੇਰੀ ਜਿੰਦ ਜਾਨ ਪੇਜ ਵਾਲੇ ਉਹ ਵੀ ਇਹਨਾਂ ਮੈਚਾਂ ਨੂੰ ਅਪਡੇਟ ਕਰ ਰਹੇ ਹੈ ਇੱਧਰਲੇ ਬੰਨੇ ਵੇਖਦੇ ਵੀ ਭਾਈ ਕਬੱਡੀ ਖੇਡ ਮੈਦਾਨ ਦੇ ਵਿੱਚ ਹਾਂਜੀ ਅਗਲਾ ਮੈਚ ਜਿਹੜਾ ਹੋਵੇਗਾ ਉਹਦੇ ਵਿੱਚ ਅਸੀਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਾਵਾਂਗੇ ਜਹੇਦਾਰ ਤੀਰ ਸਿੰਘ ਜੀ ਮਾਲਾ ਔਰ ਦਵਿੰਦਰ ਰਣੀਆ ਜੀ ਹੋਰ ਵੀ ਜਿੰਨੀਆਂ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਨੇ ਔਰ ਰਾਜਵੰਤ ਜੀ ਮਾਲਾ ਤੇਜਿੰਦਰ ਮਾਲਾ ਜੀ ਹੋਰ ਸਤਿਕਾਰਯੋਗ ਸ਼ਖਸੀਅਤ ਪੁੱਜੀਆਂ ਨੇ ਸਾਰਿਆਂ ਨੂੰ ਬੇਨਤੀ ਵੀ ਅਗਲੇ ਮੈਚ 'ਚ ਆਪਾਂ ਖਿਡਾਰੀਆਂ ਜਾਣ ਪਛਾਣ ਕਰਨ ਦੇ ਲਈ ਗਰਾਊਂਡ 'ਚ ਲੈ ਕੇ ਆਵਾਂਗੇ ਰੈਫਰੀ ਸਾਹਿਬ ਜਿਹੜੇ ਇਹ ਗੱਲ ਦਾ ਧਿਆਨ ਕਰਨ ਟੀਮਾਂ ਲੈਣਾ ਪਕੜਾਂਗੇ ਅਗਲਾ ਮੈਚ ਠੀਕ ਆ ਜੀ ਲਓ ਇਸ ਸਮੇਂ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਵੇਖਦੇ ਵੀ ਨੌਜਵਾਨ ਬਗੀਚਾ ਇੰਦਗੜ ਦੀ ਧਰਤੀ ਦਾ ਰਵਿੰਦਰ ਲੰਡੇ ਪਿੰਡ ਦਾ ਕੈਮਰਾਮੈਨ ਜੀ ਆਇਓ ਇੱਧਰ ਮੂਹ ਸਪਰੇ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ ਮੂਹ ਸਪਰੇ ਇੱਧਰਲੇ ਬੜੇ ਬੱਡੂਵਾਲ ਪਿੰਡ ਹੈ ਕਹਿੰਦੇ ਵੀ ਸਰਦਾਰ ਬਚਿੰਤ ਸਿੰਘ ਦਾ ਪੁੱਤਰ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਕਿ ਬਾਪੂ ਆਖੇ ਖੇਡ ਪੁੱਤਾਂ ਸ਼ੇਰ ਬਣ ਕੇ ਦਿਖਾ ਦੇ ਹੁਣ ਚੋਟੀ ਦਾ ਪਲੇਅਰ ਬਣ ਕੇ ਰਿਸ਼ਤੇਦਾਰ ਅਤੇ ਯਾਰ ਬੇਲੀ ਮਾਣ ਕਰਦੇ ਬੁੜਾ ਬਿਨਾ ਕੋਈ ਨੀ ਕਿਸੇ ਨੂੰ ਜਾਣਦਾ ਪੁੱਤ ਇਹਨਾਂ ਮਾਵਾਂ ਦੇ ਕਬੱਡੀ ਖੇਡਦੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਪੁਆਇੰਟ ਇੰਦਗੜ ਦੀ ਟੀਮ ਦਾ ਹੈ ਇਸ ਸਮੇਂ ਪੁਆਇੰਟ ਜਿਹੜਾ ਇੰਦਗੜ ਦੀ ਟੀਮ ਦਾ ਹੈ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਦਰਸ਼ਕ ਵੀਰੋ ਜੇ ਮੈਚ ਵਧੀਆ ਲੱਗਾ ਦੋਨੋਂ ਟੀਮਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਯਾਰ ਕਿਉਂਕਿ ਸੁਪਰਸਟਾਰ ਖਿਡਾਰੀਆਂ ਦੇ ਨਾਲ ਲੈਸ ਟੀਮਾਂ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਖੇਡ ਰਹੀਆਂ ਇੱਧਰਲੇ ਬੰਨੇ ਵੇਖ ਰਹੇ ਵੀ ਭਾਈ ਹੀ ਕਬੱਡੀ ਨੌਜਵਾਨ ਇਸ ਸਮੇਂ ਹਰਜੀਤ ਫਰੈਂਡਸ ਕਬੱਡੀ ਕਲੱਬ ਤੋਂ ਹੀਰਾ ਸਿੰਘ ਦੀ ਟੀਮ ਦਾ ਕਹਿੰਦੇ ਵੀ ਨੌਜਵਾਨ ਧਾਵੀ ਲੰਡੇ ਪਿੰਡ ਦਾ ਵਰਿੰਦਰ ਕਬੱਡੀ ਪਾ ਰਿਹਾ ਦੂਸਰੇ ਪਾਸੇ ਵੇਖ ਰਹੇ ਵੀ ਨੌਜਵਾਨ ਕੰਨੀਆਂ ਵਾਲੇ ਜਾਫੀ ਵੀ ਉਸੇ ਟੀਮ ਨੇ ਇੱਧਰਲੇ ਬੰਨੇ ਵਰਿੰਦਰ ਦੀ ਕਬੱਡੀ ਸਾਹਮਣੇ ਵੇਖਦੇ ਵੀ ਸਰਦਾਰ ਸੂਰ ਸਿੰਘ ਦਾ ਪੁੱਤਰ ਬਗੀਚਾ ਇੰਦਗੜ ਦੀ ਧਰਤੀ ਦਾ ਲਓ ਪੁਆਇੰਟ ਜਿਹੜਾ ਇਸ ਸਮੇਂ ਜਾਫੀਆਂ ਦਾ ਹਾਂਜੀ ਔਰ ਬੇਨਤੀ ਵੀ ਜਿਹਨਾਂ ਨੇ ਸਾਨੂੰ 2100 ਰੁਪਏ ਤਾਏ ਇਸ ਟੂਰਨਾਮੈਂਟ ਮਿਲਿਆ ਕਲੱਬ ਨੂੰ ਉਹਨਾਂ ਦੇ ਅਸੀਂ ਨਾਂ ਨਮਸਕਾਰ ਲੱਗੇ ਜਿਹਨਾਂ ਨੂੰ ਸਨਮਾਨ ਚ ਦੇਣੇ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਤਾਂ ਆ ਕੇ ਸਟੇਜ 'ਤੇ ਸਨਮਾਨ ਚ ਲੈਣ ਜਿਹਨਾਂ ਵਿੱਚ ਯਾਦਵਿੰਦਰ ਸਿੰਘ ਜੀ ਰਾਜਾ 2100 ਰੁਪਇਆ ਔਰ ਨਾਲ ਹੀ ਜਸਵੰਤ ਸਿੰਘ ਜੀ ਕਲੇਅਰ ਇਹ ਵੀ 2100 ਰੁਪਏ ਨਾਲ ਆਏ ਵੀ ਸਨਮਾਨ ਚ ਲੈਣ ਮੇਰੀ ਬੇਨਤੀ ਹੈ ਸਪੇਅਰ ਖਿਡਾਰੀ ਥੱਲੇ ਬੈਠ ਜਾਣ ਜੀ ਪਰਿਵਾਰ ਬੇਨਤੀ ਰੱਜੀ ਵਾਲਾ ਤੇ ਆਪਣਾ ਝੂਠ ਚੱਕ ਦੋਨੋਂ ਟੀਮਾਂ ਦੇ ਪਲੇਅਰ ਥੱਲੇ ਬੈਠ ਜਾਓ ਬਲਵਿੰਦਰ ਸਿੰਘ ਜੀ ਗੱਲ ITI 2100 ਰੁਪਇਆ ਜੀ ਆਪਣਾ ਸਮਾਨ ਚ ਲੈਣ ਜੀ ਮੋਹਨ ਸਿੰਘ ਜੀ ਗੱਲ ਇਹਨਾਂ ਨੇ ਵੀ 2100 ਰੁਪਏ ਦਾ ਸਮਾਨ ਚ ਲੈਣਾ ਗੁਰਚਰਨ ਸਿੰਘ ਜੀ ਗੋਦੇ ਵਾਲਾ 2100 ਰੁਪਇਆ ਔਰ ਨਾਲ ਹੀ ਅਗਰਵਾਲ ਫੀਡ ਫੈਕਟਰੀ ਵਾਲੇ ਇਹ ਵੀ ਆਪਣਾ ਸਮਾਨ ਚ ਲੈਣ ਜੀ 2100 ਰੁਪਏ ਵਾਲਾ ਇਹਨਾਂ ਨੇ ਮਾਨਤਾ ਜੀ ਬਹੁਤ ਧੰਨਵਾਦ ਔਰ ਨਾਲ ਹੀ ਜੋਗਿੰਦਰ ਸਿੰਘ ਜੀ ਗੱਲ ਫੌਜੀ 2100 ਰੁਪਇਆ ਇਹ ਵੀ ਆ ਕੇ ਸਟੇਜ ਤੇ ਸਨਮਾਨ ਚ ਲੈਣ ਜੀ ਟੀਮਾਂ ਦੋਨੋਂ ਆ ਗਿਆ ਦਰਬਾਰ ਵੀ ਦੋਨੋਂ ਟੀਮਾਂ ਲਾਈਨ ਅਪ ਹੋ ਜਾਣ ਜਿਹੜਾ ਮੈਚ ਹੁਣ ਹੋ ਕੇ ਹਟਿਆ ਹੈ ਲਾਈਨ ਅਪ ਕਰ ਰਹੇ ਦੋਨੋਂ ਟੀਮਾਂ ਆਪਾਂ ਖਿਡਾਰੀਆਂ ਨਾਲ ਜਾਣ ਪਛਾਣ ਕਰਾਵਾਂਗੇ ਜਹੇਦਾਰ ਤੀਰ ਸਿੰਘ ਮਾਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਗਾ
ਲੈਣਾ ਪ੍ਰੈਫਰੀ ਸਾਹਿਬ ਨੂੰ ਬੇਨਤੀ ਹੈ। ਇਕਬਾਲ ਵਾਧੋ ਕੇ ਜਸਵੀਰ ਮਹਿਣਾ ਜੀ, ਬੰਟੀ ਜਮੇਰ ਬਾਈ ਜੀ, ਦੋਨੋਂ ਟੀਮਾਂ ਲੈਣ ਅਪ ਕਰ ਲਓ। ਸਕਾਊਟ ਕਰਕੇ ਲੈ ਕੇ ਜਾਣਗੇ ਸਾਡੇ ਕਲੱਬ ਦੇ ਸਾਰੇ ਨੁਮਾਇੰਦੇ, ਜਿਨ੍ਹਾਂ ਦੇ ਵਿੱਚ ਗੁਰਨੈਬ ਸਿੰਘ ਜੀ ਸੰਧੂ ਸਾਹਿਬ ਆ, ਨਾਲ ਹੀ ਰਾਮ ਸਿੰਘ ਜੀ NRI, ਪ੍ਰਭਜੀਤ ਜੀ ਕਲੇਰ, ਪੂਰਨ ਸਿੰਘ ਜੀ ਨੰਬਰਦਾਰ, ਭਗਤ ਰਾਮ ਐਂਡ ਕੰਪਨੀ ਵਾਲੇ ਅਜੇ ਕੁਮਾਰ ਜੀ, ਸਾਰਿਆਂ ਨੂੰ ਬੇਨਤੀ ਵੀ ਗਰਾਊਂਡ 'ਤੇ ਜਾਣਗੇ ਜਹੇਦਾਰ ਸਾਹਿਬ ਦੇ ਨਾਲ। ਹਾਂ ਗਰਾਊਂਡ ਜਾਓ ਜੀ, ਸਕਾਊਟ ਕਰਕੇ ਲੈ ਕੇ ਜਾਓ ਆਪਣੇ। ਪ੍ਰਧਾਨ ਸਾਹਿਬ ਜਾਓ ਤੁਸੀਂ, ਬਾਈ ਅਵਤਾਰ ਸਿੰਘ ਜੀ ਗਰਾਊਂਡ ਜਾਓ ਜੀ ਤੁਸੀਂ। ਅਵਤਾਰ ਸਿੰਘ ਜੀ ਕਲੇਰ ਸਾਡੇ ਕਲੱਬ ਦੇ ਪ੍ਰੈਜੀਡੈਂਟ ਨੇ, ਜਸਵਿੰਦਰ ਸਿੰਘ ਜੀ ਬਰਾੜ ਸਾਹਿਬ, ਉਹਨਾਂ ਨੂੰ ਬੇਨਤੀ ਗਰਾਊਂਡ ਜਾਣਗੇ ਨਾਲ। ਔਰ ਬਲਜੀਤ ਸਿੰਘ ਨੰਬਰਦਾਰ ਸਾਹਿਬ ਤੁਸੀਂ ਜਾਓ ਜੀ, ਇੱਕ ਯਾਦਗਾਰੀ ਸਨੈਪ ਕਰਨੀ ਹੈ। ਨਾਲ ਹੀ ਸਤਨਾਮ ਸਿੰਘ ਜੀ ਸੱਤਾ ਗਿੱਲ ਸਾਹਿਬ ਇਹ ਵੀ ਜਾਣਗੇ ਗਰਾਊਂਡ ਵਿੱਚ। 2100 ਰੁਪਏ ਵਾਲੇ ਵੀ ਗਰਾਊਂਡ ਦੇ ਨੇੜੇ ਆਓ ਜੀ। ਸਾਰੇ ਕਲੱਬ ਮੈਂਬਰਾਂ ਨੂੰ ਬੇਨਤੀ ਵੀ ਉੱਥੇ ਤੁਸੀਂ ਪਹੁੰਚੋ ਜੀ, ਜਿਨ੍ਹਾਂ ਦੀਆਂ ਡਿਊਟੀਆਂ ਜਗਤਾਰ ਸਿੰਘ ਜੀ ਕਲੇਅਰ ਇਹ ਪੁੱਜੇ ਨੇ ਬਹੁਤ। ਦੋਨੋਂ ਟੀਮਾਂ ਲਾਈਨ ਅਪ ਜੀ, ਲਾਈਨ ਅਪ ਭਵਾਨ ਜੀ ਗਰਾਊਂਡ ਨੂੰ ਥੋੜਾ ਇਹ ਤੋਂ ਕਲੀਨ ਕਰ ਦਿਓ ਮੇਰੇ ਵੀਰ। ਲਾਈਨ ਅਪ ਦੋਨੋਂ ਟੀਮਾਂ ਭਵਾਨ ਰੱਜੀ ਵਾਲਾ ਤੇ ਚੂੜ ਚੱਕ, ਦੋਨੋਂ ਟੀਮਾਂ ਲਾਈਨ ਅਪ। ਸਾਡੇ ਜਥੇਦਾਰ ਤੀਰ ਸਿੰਘ ਜੀ ਮਾਲਾ, ਇਹਨਾਂ ਦੋਨੋਂ ਹੀ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਨ ਦੇ ਲਈ ਗਰਾਊਂਡਾਂ ਵਿੱਚ ਆਏ ਨੇ। ਅਸੀਂ ਧੰਨਵਾਦ ਕਰਦੇ ਹਾਂ ਅਕਾਲ ਸਰ ਯੂਥ ਕਲੱਬ ਦੇ ਵੱਲੋਂ ਸਾਡੇ ਪੁੱਜੇ ਹੋਏ ਅੱਜ ਦੇ ਸਾਰੇ ਹੀ ਸਤਿਕਾਰਯੋਗ ਸੱਜਣਾਂ ਦਾ। ਨਾਲ ਹੀ ਅਗਲਾ ਮੈਚ ਸਾਪੂਵਾਲਾ ਤੇ ਮਾਣੂ ਕੇਕੇ, ਇਹਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ। ਜਥੇਦਾਰ ਤੀਰ ਸਿੰਘ ਜੀ ਮਾਲਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਪੁੱਜੇ ਨੇ। ਉਹਨਾਂ ਦੇ ਨਾਲ ਸਮੁੱਚੀ ਇਸ ਇਲਾਕੇ ਦੀ ਅਕਾਲੀ ਲੀਡਰਸ਼ਿਪ, ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਪੁੱਜੇ ਨੇ। ਜੀ ਆਇਆਂ ਮੋਸਟ ਵੈਲਕਮ ਹੈ, ਧੰਨਵਾਦ ਕੀਤਾ ਜਾਂਦਾ ਹੈ ਪੁੱਜੇ ਹੋਏ ਸਾਰੇ ਹੀ ਸਾਡੀਆਂ ਸਤਿਕਾਰਯੋਗ। ਬੇਨਤੀ ਇਧਰੋਂ ਸੱਜੇ ਪਾਸੇ ਕੁਰਸੀਆਂ ਵਿਹਲੀਆਂ ਕਰ ਦਿਓ ਜੀ ਸਟੇਜ ਦੇ। ਸਾਡੀਆਂ ਮਾਈਆਂ ਸਾਡੀਆਂ ਭੈਣਾਂ ਮਤਾਂ ਪੁੱਜੀਆਂ ਨੇ ਬੈਠਣਾ, ਥੋੜੀਆਂ ਉਰਲੇ ਪਾਸੇ ਹੋ ਜਾਓ ਜੀ, ਕੁਰਸੀਆਂ ਇੱਧਰ ਹੋਰ ਪਈਆਂ, ਇੱਧਰ ਬੈਠ ਜਾਓ, ਉਰਲੇ ਪਾਸੇ ਆ ਕੇ ਬੈਠ ਜਾਓ, ਬੀਬੀਆਂ ਤੇ ਕੁਰਸੀਆਂ ਛੱਡ ਦਿਓ। ਬੇਨਤੀ ਸਾਰਿਆਂ ਨੂੰ ਬੇਨਤੀ ਆ, ਬੱਚੇ ਜਿਹੜੇ ਬੈਠੇ ਬੱਚਿਆਂ ਨੂੰ ਬੇਨਤੀ ਆ। ਹਾਂ ਜਿਹੜਾ ਆਪਣਾ ਹਾਰਨ ਬੰਨਿਆ ਇੱਧਰ, ਜਿੰਨੇ ਇੱਧਰ ਕੁਰਸੀਆਂ ਇੱਧਰਲੇ ਪਾਸੇ ਆ ਜਾਓ, ਬਹੁਤ ਕੁਰਸੀਆਂ ਲੱਗੀਆਂ, ਬੱਚਿਆਂ ਨੂੰ ਬੇਨਤੀ ਵੀ ਕੁਰਸੀਆਂ ਵਿਹਲੀਆਂ ਕਰ ਦਿਓ। ਔਰ ਬੱਚੇ ਜੇ ਤੁਰ ਫਿਰ ਕੇ ਮੇਲਾ ਵੇਖ, ਅਸੀਂ ਹੁਣ ਕੀ ਲੈਣਾ, ਬੱਚਿਆਂ ਨੂੰ ਬੇਨਤੀ ਮੜਾ ਮੇਲਾ ਤੁਰ ਫਿਰ ਕੇ ਕਿਉਂ, ਬੱਚੇ ਕੁਰਸੀਆਂ ਛੱਡ ਦਿਓ, ਬਜ਼ੁਰਗਾਂ ਵਾਸਤੇ ਸਿਆਣੇ ਸੱਜਣਾਂ ਵਾਸਤੇ ਕੁਰਸੀਆਂ ਵਿਹਲੀਆਂ ਕਰ ਦਿਓ ਜੀ। ਇੱਕ ਯਾਦਗਾਰੀ ਸਨੈਪ ਉਧਰੋਂ ਕੈਮਰੇ ਦੀ ਅੱਖ ਵਿੱਚ ਕਵਰ ਕਰਦੇ ਹੋਏ ਸੂਦ ਡਿਜੀਟਲ ਸਟੂਡੀਓ। ਔਰ ਨਾਲ ਹੀ ਸਾਡੇ ਵੀਰ ਪੰਜਾਬ ਲਾਈਵ ਵਨ ਵਾਲੇ ਗਗਨ ਹੋਣੀ ਕੱਲੀ ਕੱਲੀ ਕਬੱਡੀ ਤੇ ਕੱਲੇ ਕੱਲੇ ਜਥੇ ਨੂੰ ਕੈਚ ਕਰ ਰਹੇ ਨੇ, ਇਹਨਾਂ ਦਾ ਬਹੁਤ ਧੰਨਵਾਦ ਜੀ। ਹਾਂਜੀ ਦਿਲਬਾਗ ਜੀ, ਧੰਨਵਾਦ ਸਾਰੇ ਵੀਰਾਂ ਦਾ, ਯਾਦਗਾਰੀ ਸਨੈਪ ਕਰ ਰਹੇ ਨੇ। ਔਰ ਜਹੇਦਾਰ ਤੀਰ ਸਿੰਘ ਜੀ ਮਾਲਾ, ਦਵਿੰਦਰ ਰਣੀਆ ਜੀ, ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 'ਚ ਬਹੁਤ ਵੱਡਾ ਨਾਂ ਹੈ। ਔਰ ਦਿਲਬਾਗਾ ਲੱਕੀ ਸਾਡੇ ਦਰਮਿਆਨ ਖੇ ਤੌਰ 'ਤੇ ਸ਼ਾਸਤਰੀ ਦੁਨੀਆਂ ਦੇ ਵਿੱਚ ਵੱਡੇ ਨਾਂ, ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੀ। ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਪੁੱਜੇ ਨੇ, ਬਹੁਤ ਮਿਹਰਬਾਨੀ। ਹਰਦੀਪ ਖੰਨਾ ਪਹੁੰਚੇ ਜੀ, 2100 ਰੁਪਏ ਦਾ ਸਨਮਾਨ ਲੈਣਾ ਦਾ ਹਰਦੀਪ ਖੰਨਾ ਜੀ। ਔਰ ਨਾਲ ਹੀ ਅਗਰਵਾਲ ਫੈਕਟਰੀ ਵਾਲੇ, ਫੀਡ ਫੈਕਟਰੀ ਵਾਲੇ, ਉਹ ਵੀ ਆ ਕੇ ਆਪਣਾ ਸਨਮਾਨ 'ਚ ਲੈਣ ਜੀ। ਮੋਹਨ ਸਿੰਘ ਜੀ ਗਿੱਲ ਹੈਗੇ ਜੀ, ਹਾਂ ਦਿਓ ਜੀ ਸਨਮਾਨ, ਨਿਬੇੜੋ ਕੰਮ ਜੀ, 2100 ਰੁਪਏ ਆਪਾਂ ਸਨਮਾਨ 'ਚ ਦਿਓ। ਆ ਗਏ ਜੀ ਮਹਲਾ ਸਾਹਿਬ, ਹੁਣੇ ਤੁਹਾਨੂੰ ਸਨਮਾਨ 'ਚ ਦੇਵਾਂਗੇ। ਹੋਰ ਵੀ ਮੈਂ ਜਿਹਨਾਂ ਦੇ ਨਾਂ ਬੋਲ ਰਿਹਾ, ਬੇਨਤੀ ਹੈ ਸਟੇਜ ਦੇ ਨੇੜੇ ਆ ਜਾਓ ਆਪਾਂ ਸਮੇਂ ਸਿਰ ਨਿਬੇੜੀਏ ਕੰਮ। ਜਸਵੰਤ ਸਿੰਘ ਜੀ 36 ਕਲੇਅਰ, ਇਹ ਵੀ ਆਪਣਾ ਸਨਮਾਨ 'ਚ ਲੈਣਗੇ ਜੀ ਆ ਕੇ ਸਟੇਜ 'ਤੇ। ਹੈਲੋ, ਹਾਂਜੀ ਬੱਬੀ, ਬਾਈ ਬੱਬੀ ਕਲੇਅਰ ਜੀ,
ਬਾਈ ਜੀ ਕਿੰਨੇ ਪੁਆਇੰਟ ਦਿੱਤੇ ਆਪਾਂ ਲੰਡਿਆਂ ਨੂੰ ਕਿੰਨੇ ਪੁਆਇੰਟ ਦਿੱਤੇ ਸੀ ਇਹ ਤੁਹਾਨੂੰ ਪਤਾ ਜੀ ਸਾਨੂੰ ਨਹੀਂ ਸਟੇਜ ਤੇ ਪਤਾ ਸੀ ਬਸ ਤੁਸੀਂ ਇੱਧਰੋਂ ਦਿੱਤੇ ਸੀ ਇੱਧਰ ਅਸੀਂ ਤਾਂ ਗਰਾਊਂਡ ਦੇ ਵਿੱਚ ਜਿਹੜੇ ਸਾਢੇ ਅੱਠ ਨਾਂ ਅਨਾਊਂਸ ਕੀਤੇ ਸੀ ਪਰ ਇੱਧਰ ਤੁਹਾਡੇ ਵੱਲੋਂ ਦੱਸ ਦਿੱਤੇ ਗਏ ਹੈ ਹਾਂਜੀ ਹਾਂਜੀ ਠੀਕ ਹੈ ਜੀ ਕਮੇਟੀ ਦਾ ਫੈਸਲਾ ਸੀਗਾ ਜੀ ਹਾਂਜੀ ਇੱਧਰੋਂ ਬੇਨਤੀ ਹੈ ਮੇਰੀ ਇੰਦਗੜ੍ਹ ਦੀ ਟੀਮ ਇੰਦਗੜ੍ਹ ਦੀ ਟੀਮ ਗਰਾਊਂਡ ਵਿੱਚ ਆਵੇ ਜੀ ਪਰ ਅਗਲੀ ਜਿਹੜੀ ਅੱਗੇ ਜਿਹੜੇ ਮੈਚ ਹੋਣੇ ਜੇਕਰ ਤੁਸੀਂ ਇੱਧਰੋਂ ਸਟੇਜ ਤੋਂ ਪ੍ਰਬੰਧਕ ਕਮੇਟੀ ਕਬੱਡੀਆਂ ਵਧਾਉਂਦੀ ਇੱਕ ਵਾਰੀ ਮਾਈਕ ਤੇ ਅਨਾਊਂਸ ਕਰ ਦਿਆ ਕਰੋ ਸੱਤੋ ਜੀ ਆਪਣਾ ਮੇਰੀ ਬੇਨਤੀ ਹੈ ਇੰਦਗੜ੍ਹ ਦੀ ਟੀਮ ਗਰਾਊਂਡ ਵਿੱਚ ਆਵੇ ਇੰਦਗੜ੍ਹ ਦੀ ਟੀਮ ਇੰਦਗੜ੍ਹ ਦੀ ਟੀਮ ਨੂੰ ਬੇਨਤੀ ਹੈ ਬਗੀਚਾ ਮੇਰਾ ਵੀਰ ਜਿੱਥੇ ਵੀ ਬਾਜ ਸੋਧ ਆਪਣੀ ਟੀਮ ਨੂੰ ਲੈ ਕੇ ਜਲਦੀ ਆਓ ਜੀ ਬਲਵਿੰਦਰ ਸਿੰਘ ਗੱਲ ITI ਵਾਲੀ ਉਹ ਵੀ ਸਨਮਾਨ ਚ ਲੈਣ ਜੀ ਆ ਕੇ ਆਪਦਾ ਬਲਵਿੰਦਰ ਸਿੰਘ ਗੱਲ ITI ਵਾਲੀ ਉਹ ਵੀ ਆ ਕੇ ਸਨਮਾਨ ਚ ਲੈਣ ਜੀ 2100 ਰੁਪਏ ਤਾਂ ਬਹੁਤ ਮਿਹਰਬਾਨੀ ਇਧਰ ਬਾਬਾ ਕਾਲਾ ਬੈਰ ਜੀ ਪ੍ਰਬੰਧਕ ਕਮੇਟੀ ਵੱਲੋਂ ਕਹਿ ਰਹੇ ਵੀ ਮਨਦੀਪ ਕਾਲੀਏ ਵਾਲੇ ਦਾ ਅਗਲੇ ਸਾਲ ਜਿਹੜਾ ਸਪਲੈਂਡਰ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਮੇਰੀ ਬੇਨਤੀ ਹੈ ਇੰਦਗੜ੍ਹ ਦੀ ਟੀਮ ਜਲਦੀ ਦੇ ਨਾਲ ਆਵੇ ਇੰਦਗੜ੍ਹ ਦੀ ਟੀਮ ਔਰ ਜਹੇਦਾਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲੀ ਆ ਅਸੀਂ ਪਹਿਲਾਂ ਵੀ ਇਹ ਧੰਨਵਾਦ ਕਰ ਚੁੱਕੇ ਆ ਅਸੀਂ ਜੀਆਂ ਆਖਦੇ ਆ ਸਾਰੇ ਕਮੈਂਟੇਟਰ ਤੇ ਸਾਰੀ ਕਲੱਬ ਵੱਲੋਂ ਜਹੇਦਾਰ ਹਾਕਮ ਸਿੰਘ ਟੋਨਾ ਬਾਰੇ ਵਾਲੀ ਨਾਲ ਹੀ ਗੁਰਪ੍ਰੀਤ ਸਿੰਘ ਜੀ ਪੰਜਾਬ ਪੁਲਿਸ ਵਾਲੇ ਪਹੁੰਚੇ ਨੇ ਇੰਦਗੜ੍ਹ ਦੀ ਟੀਮ ਨੂੰ ਮੇਰੀ ਬੇਨਤੀ ਹੈ ਭਗਵਾਨ ਜੀ ਇੱਕ ਅੱਧੀ ਕਬੱਡੀ ਦਾ ਜਿਹੜਾ ਹਜੇ ਰੌਲਾ ਬਾਕੀ ਹੈ ਇੰਦਗੜ੍ਹ ਦੀ ਟੀਮ ਗਰਾਊਂਡ ਵਿੱਚ ਆਵੇ ਜੀ ਜਲਦੀ ਦੇ ਨਾਲ ਸਿਰਫ 2 ਮਿੰਟ ਦਾ ਇੰਤਜ਼ਾਰ ਇੰਦਗੜ੍ਹ ਦੀ ਟੀਮ ਨੂੰ ਹੈ ਜੀ ਸਿਰਫ 2 ਮਿੰਟ ਦਾ ਇੰਤਜ਼ਾਰ ਹੈ ਇੰਦਗੜ੍ਹ ਦੀ ਟੀਮ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਵੇ ਇੰਦਗੜ੍ਹ ਲੰਡਿਆਂ ਦੀ ਟੀਮ ਹਾਲੇ ਤੱਕ ਗਰਾਊਂਡ 'ਚ ਹੈ ਇੰਦਗੜ੍ਹ ਦੀ ਟੀਮ ਨੂੰ ਮੇਰੀ ਬੇਨਤੀ ਹੈ ਜਲਦੀ ਆਵੇ ਇੰਦਗੜ੍ਹ ਦੀ ਟੀਮ ਔਰ ਨਾਲ ਹੀ ਰੱਜੀ ਵਾਲਾ ਤੇ ਚੂੜ ਚੱਕ ਸਾਫੂ ਵਾਲਾ ਤੇ ਮਾਨੂ ਕੇ ਨੱਥੋ ਕੇ ਵਾਰਸੀ ਖੋਸਾ ਰਣਧੀਰ ਅਕਾਲ ਸਰ ਕਲੱਬ ਮੋਗਾ ਤੇ ਰਾਣਾ ਕਲੱਬ ਦੌਧਰ ਇੰਦਗੜ੍ਹ ਦੀ ਟੀਮ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਵੇ ਇੰਦਗੜ੍ਹ ਦੀ ਟੀਮ ਹਾਂਜੀ ਜਹੇਦਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲੀ ਆ ਆਜ਼ਾਦ ਕਬੱਡੀ ਕਲੱਬ ਦੇ ਜੋ ਮੁੱਖ ਕਰਤਾ ਦਰਤਾ ਨੇ ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਕਬੱਡੀ ਨਾਲ ਜੁੜੀ ਹੋਈ ਸ਼ਖਸੀਅਤ ਆ ਬਾਈ ਚੱਲੇ ਆ ਜੀ ਬੈਠ ਜਾਓ ਜੀ ਬਾਈ ਜੀ ਬਾਈ ਬੈਠੋ ਮੈਚ ਦੇਖੋ ਜੀ ਸਾਢੇ 10 ਤੇ 11 ਪੁਆਇੰਟ ਜੀ ਇਸ ਮੈਚ ਦੇ ਸਾਢੇ 10 ਤੇ 11 ਪੁਆਇੰਟ ਨੇ ਇਸ ਮੁਕਾਬਲੇ ਦੇ ਰੱਜੀ ਵਾਲੇ ਦੀ ਟੀਮ ਜਿਹੜੀ ਇਧਰਲੇ ਪਾਸੇ ਸਟੇਜ ਵਾਲੇ ਪਾਸੇ ਹੈ ਰੱਜੀ ਵਾਲਾ ਦੂਸਰੇ ਪਾਸੇ ਚੂੜ ਚੱਕ ਦੀ ਟੀਮ ਹੈ ਕਹਿੰਦੇ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਲਾਸ਼ਮਰ ਸਿੰਘ ਗਿੱਲ ਦਾ ਪਿੰਡ ਹੈ ਚੂੜ ਚੱਕ ਪਿੰਡ ਪਰ ਇਧਰਲੇ ਪਾਸੇ ਨੌਜਵਾਨ ਗੁਰਜੀਤ ਲੰਗਿਆਣਾ ਮੇਰਾ ਵੀ ਰਾਵੇ ਜੀ ਜਲਦੀ ਚੱਲ ਵੀ ਨੌਜਵਾਨ ਭਾ ਵੀ ਕਬੱਡੀ ਇਹ ਕਹਿੰਦੇ ਸ਼ਬਸ਼ਪੁਰੀ ਹੈ ਪ੍ਰੀਤਮ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਪਰ ਇਸ ਸਮੇਂ ਦੇਖਦੇ ਵੀ ਪੁਰਾਣੇ ਵਾਲਾ ਪਿੰਡ ਆ ਨੌਜਵਾਨ ਕਬੱਡੀ ਖਿਡਾਰੀ ਦਾ ਇਸ ਸਮੇਂ ਕਬੱਡੀ
ਪੱਗੜੀ ਪਾ ਰਿਹਾ ਹੈ, ਦੂਸਰੇ ਪਾਸੇ ਰੱਜੀ ਵਾਲਾ ਪਿੰਡ ਬਿੰਦਰ ਮੋਟੇ ਵਰਗਿਆਂ ਦਾ ਪੱਪੀ ਵਰਗੇ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਹੈ। ਪੁਆਇੰਟ ਜਿਹੜਾ ਇਸ ਸਮੇਂ ਪਹਿਲਾ ਡੇਢ ਪੁਆਇੰਟ ਇਹ ਚੂੜ ਚੱਕ ਦੀ ਟੀਮ ਦਾ ਹੈ। ਲਓ ਅਗਲੀ ਕਬੱਡੀ, ਨੌਜਵਾਨ ਨਿੱਕਾ ਰੱਜੀ ਵਾਲੇ ਪਿੰਡ ਦਾ ਆ ਗੱਭਰੂ ਵੀ ਕਹਿੰਦੇ ਵੀ ਤਖਤਪੁਰੇ ਦੇ ਸੁੱਖੇ ਹੋਣਾ ਦੀ ਟੀਮ ਲਈ, ਸੈਂਡੀ ਬਾਣ ਹੋਣਾ ਦੀ ਟੀਮ ਲਈ, ਖਾੜੇ ਪਿੰਡ ਦੇ ਅਮਰੀਕ ਵਰਗੇ ਉਧਰ ਕਹਿੰਦੇ ਵੀ ਸਾਡੇ ਵੀਰ ਲੀਲਾ ਵਾਲੇ ਮੋਹਰੇ ਹੋਣਾ ਦੀ ਟੀਮ ਦੇ ਲਈ ਖੇਡਦਾ ਹੈ। ਇਸ ਸਮੇਂ ਨੌਜਵਾਨ ਕਹਿੰਦੇ ਵੀ ਨਿੱਕਾ ਰੱਜੀ ਵਾਲੇ ਪਿੰਡ ਦਾ ਯਾਦ ਕਬੱਡੀ ਕਲੱਬ ਐਡਮਿੰਟਨ ਘਾਲਕਲਾ ਦੀ ਟੀਮ ਦੇ ਲਈ ਖੇਡਦਾ ਹੈ। ਚੱਲ ਵੀ ਨੌਜਵਾਨਾਂ ਭਾਵੀ ਕਬੱਡੀ, ਸ਼ੇਰਾ ਰਾਓ ਵਾਲੇ ਪਿੰਡ ਦਾ ਗੱਭਰੂ ਇਸ ਸਮੇਂ ਸਿੰਘ ਸਰਦਾਰ ਪਵਾਰ, ਮੇਰੀ ਬੇਨਤੀ ਥੱਲੇ ਬੈਠ ਜਾਓ ਯਾਰ, ਇੱਕ ਬੇਨਤੀ ਹੈ ਸਾਰੇ ਖਿਡਾਰੀ ਵੀਰਾਂ ਨੂੰ, ਸਪੇਅਰ ਖਿਡਾਰੀ ਹੈ ਥੱਲੇ ਬੈਠ ਜਾਣ। ਲਓ ਜਿਹੜੇ ਫਿਰੋਜ਼ਪੁਰ ਦਾ ਕਹਿੰਦੇ ਸ਼ੁਸ਼ਕ ਪਿੰਡ ਹੈ, ਬਲਕਾਰ ਨੇ ਇਸ ਸਮੇਂ ਕੋਸ਼ਿਸ਼ ਕਰਦਾ ਹੈ, ਪਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਰਾਮਾ ਪਿੰਡ ਹੈ, ਬਬਲੀ ਨਾਮ ਹੈ, ਇਸ ਸਮੇਂ ਦੇਖਦੇ ਵੀ ਕਬੱਡੀ ਪਾ ਰਿਹਾ। ਵੇਟਰ ਵੀਰਾਂ ਨੂੰ ਬੇਨਤੀ ਹੈ ਸਟੇਜ ਤੇ ਚਾਹ ਤੇ ਪਾਣੀ ਮੇਰਾ ਵੀਰ ਸਾਰਿਆਂ ਨੂੰ ਪਿਆ ਦਿਓ। ਵੇਟਰ ਵੀਰ ਧਿਆਨ ਦੇਣ, ਸਟੇਜ ਤੇ ਚਾਹ ਤੇ ਪਾਣੀ। ਚੱਲ ਵੀ ਨਾਲ ਹੀ ਇੰਦਗੜ੍ਹ ਦੀ ਟੀਮ ਵੀ ਜਿਹੜੀ ਵੇਟਿੰਗ ਰੂਮ ਦੇ ਵਿੱਚ ਪੁੱਜ ਗਈ ਹੈ, ਧੰਨਵਾਦ ਹੈ। ਇਧਰ ਬੰਨੇ ਪੁਆਇੰਟ ਜਿਹੜਾ ਪ੍ਰੀਤਮ ਵੇਖਦੇ ਵੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ। ਚੱਲ ਵੀ ਗੱਭਰੂ ਆ ਪਾ ਵੀ ਕਬੱਡੀ, ਇਧਰਲੇ ਬੰਨੇ ਰੱਜੀ ਵਾਲੇ ਪਿੰਡ ਦਾ ਨਿੱਕਾ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਉਧਰ ਔਗਰ ਪਿੰਡ ਦਾ ਕਮਿਕਰ ਪੁੱਜਿਆ ਹੋਇਆ, ਧੰਨਵਾਦ ਹੈ। ਨਾਲ ਬਾਰੇ ਵਾਲੇ ਦਾ ਕਹਿੰਦੇ ਜਥੇਦਾਰ ਹਾਕਮ ਸਿੰਘ ਜੀ ਟੋਨਾ ਹੈ। ਲਓ ਘਾਲਕਲਾ ਵਾਲੇ ਸੁੱਖ ਵਰਗਿਆਂ ਦੀ ਵੱਡੀ ਦੇਣ ਕਬੱਡੀ ਦੇ ਲਈ ਹੈ। ਇਧਰਲੇ ਬੰਨੇ ਵੇਖਦੇ ਵੀ ਉਹਨਾਂ ਦੀ ਟੀਮ ਦਾ ਆਹ ਨੌਜਵਾਨ ਖਿਡਾਰੀ ਇਸ ਸਮੇਂ ਨਿੱਕਾ ਰੱਜੀ ਵਾਲੇ ਪਿੰਡ ਦਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਰਾਓ ਵਾਲਾ ਪਿੰਡ ਹੈ, ਨੌਜਵਾਨ ਕਬੱਡੀ ਖਿਡਾਰੀ ਇਸ ਸਮੇਂ ਸ਼ੇਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੈ। ਉਧਰ ਕਹਿੰਦੇ ਵੀ ਨੌਜਵਾਨ ਸ਼ੇਰੇ ਵਰਗੇ ਸਾਡੇ ਵੀਰ ਪੰਜਾਬ ਲਾਈਵ .com ਦੇ ਜ਼ਰੀਏ ਇਹਨਾਂ ਮੈਚਾਂ ਨੂੰ ਤੱਕ ਰਹੇ ਹੈ। ਲਓ ਪੁਆਇੰਟ ਜਿਹੜਾ ਨੌਜਵਾਨ ਧਾਵੀ ਦਾ ਹੈ। ਚੱਲ ਵੀ ਜਵਾਨਾ ਭਾਵੀ ਕਬੱਡੀ, ਇਧਰਲੇ ਬੜੇ ਪੈਂਦੀ ਕਬੱਡੀ ਹੈ, ਰਾਮਾ ਪਿੰਡ ਹੈ, ਇਹ ਕਹਿੰਦੇ ਬਬਲੀ ਚਰਿਕਣਾ ਬੜਾ ਪ੍ਰਸਿੱਧ ਹੈ, ਪਰ ਇਸ ਸਮੇਂ ਵੇਖਦੇ ਵੀ ਨੌਜਵਾਨ ਰਾਮੇ ਵਾਲਾ ਬਬਲੀ ਹੈ। ਪਰ ਦੂਸਰੇ ਪਾਸੇ ਚੂੜ ਚੱਕ ਪਿੰਡ ਕਹਿੰਦੇ ਪੱਪੂ ਦਾ ਪਿੰਡ ਹੈ, ਸਵਰਨੇ ਵੈਲੀ ਦਾ ਪਿੰਡ ਹੈ। ਇਧਰਲੇ ਬੜੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਜਵਾਨਾ ਪਾ ਵੀ ਕਬੱਡੀ, ਪ੍ਰੀਤਮ ਸਿੰਘ ਇਜ਼ ਕਿੰਗ, ਸਿੰਘ ਸਰਦਾਰ ਗੱਭਰੂ ਹੈ, ਖੇਡ ਬਾਜ਼ਾਰ ਦੇ ਵਿੱਚ ਪਾਈ ਹੋਈ ਕਬੱਡੀ ਨੌਜਵਾਨ ਗੱਭਰੂ ਦੀ ਹੈ। ਔਰ ਦੇਖਦੇ ਵੀ ਚਾਰ ਜਾਫੀ ਹੈ, ਕੌਣ ਗੱਭਰੂ ਜਫਾ ਲਾਵੇਗਾ। ਲਓ ਰੱਜੀ ਵਾਲੇ ਪਿੰਡ ਦਾ ਨੌਜਵਾਨ ਕਰਦਾ ਕੋਸ਼ਿਸ਼, ਤੇ ਪੁਆਇੰਟ ਜਿਹੜਾ ਚੂੜ ਚੱਕ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ। ਉਹ ਰਾਜ ਜੀ ਉਧਰ ਸਾਡਾ ਵੀ ਰਾਜ ਚਾਂਦਨਵਿਆਂ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ ਪੈਣੀ ਤੇ ਪ੍ਰੀਤਮ ਵਰਗ, ਕਹਿੰਦੇ ਪੰਜਾਬ ਲਾਈਵ .com ਦੇ ਜ਼ਰੀਏ ਇਹਨਾਂ ਮੈਚਾਂ ਨੂੰ ਤੱਕ ਰਹੇ ਹੈ। ਇਧਰਲੇ ਪਾਸੇ ਵੇਖਦੇ ਵੀ ਪੁਆਇੰਟ ਜਿਹੜਾ ਨਿੱਕਾ ਰੱਜੀ ਵਾਲੇ ਪਿੰਡ ਦਾ, ਇੱਕ ਕਹਿੰਦੇ ਖਾਰੇ ਵਾਲਾ ਪ੍ਰਸਿੱਧ ਹੈ, ਪਰ ਇਸ ਸਮੇਂ ਵੇਖਦੇ ਵੀ ਪੁਆਇੰਟ ਜਿਹੜਾ ਰੱਜੀ ਵਾਲੇ ਦੇ ਨਿੱਕੇ ਦਾ ਹੈ। ਲਓ ਸ਼ੇਰਾ ਇਸ ਸਮੇਂ ਚੂੜ ਚੱਕ ਦੀ ਟੀਮ ਦੇ ਵੱਲੋਂ ਕਬੱਡੀ ਪਾ ਰਿਹਾ ਹੈ। ਸਰਦਾਰ ਅਮਰਜੀਤ ਸਿੰਘ ਅੰਬਾ ਜੀ ਨੂੰ ਬੇਨਤੀ ਹੈ ਕਿ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਸੋਇਨਾ ਨੇ ਸਾਨੂੰ 1100 ਰੁਪਇਆ ਦਿੱਤਾ ਹੈ ਟੂਰਨਾਮੈਂਟ ਕਮੇਟੀ ਨੂੰ, ਇਹ ਵੀ ਆ ਕੇ ਆਪਣਾ ਸਨਮਾਨ ਜੇ ਲੈਣ ਜੀ। ਅਮਰਜੀਤ ਸਿੰਘ ਜੀ ਅੰਬਾ ਆ ਗਿਆ ਜੀ, ਹਾਂ ਧੰਨਵਾਦ ਜੀ, ਜੀ ਹਾਂ ਜੀ, ਮਿਹਰਬਾਨੀ, ਸ਼ੁਕਰੀਆ। ਦਿਓ ਸਨਮਾਨ ਜੀ ਪਹੁੰਚ ਗਏ, 1100 ਰੁਪਇਆ ਦੀ ਟਰਾਫੀ ਚੱਕੋ ਜੀ, ਦਰੋ ਦਿਓ ਸਨਮਾਨ, ਨਾਲ ਦੀ ਨਾਲ ਨਿਬੇੜੀ ਚੱਲੋ ਜੀ। ਅਜੇ ਸ਼ਰਮਾ ਜੀ ਵੱਲੋਂ 100 ਰੁਪਇਆ
ਬੰਟੀ ਡਾਲਾ ਤੇ ਇਕਬਾਲ ਸਿੰਘ ਜੀ ਵੱਧੋ ਕੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਸੰਪਰਕ ਕਰਨ। ਇਧਰਲੇ ਪਾਸੇ ਵੇਖਦੇ ਵੀ ਚੂੜ ਚੱਕ ਦੇ ਵੱਲੋਂ ਪਾਈ ਹੋਈ ਕਬੱਡੀ ਕਿ ਪਿੰਡ ਚੂੜ ਚੱਕ ਵਾਲਾ ਇੱਕ ਬੈਲੀ ਸਵਰਨਾ ਵੀ ਇੰਨੀ ਸਾਫ਼ ਹੈ ਖੇਡ ਕੀ ਲੇਖਾ ਕਾਹਦਾ ਕਰਨਾ ਵੀ ਸੀਰਾ ਬੋਪਾ ਰਾਏ ਛਾ ਗਿਆ ਕਿ ਭਾ ਬਦਰੀ ਕੌਡੀ ਪਾ ਗਿਆ ਹੱਥ ਲਾ ਗਿਆ ਪੰਜ ਗਰਾਈਆਂ ਵਾਲੇ ਇੰਦਰ ਨੂੰ ਤੇ ਢੇਰੀਆਂ ਕੋਲੇ ਆ ਕੇ ਬਾਜੀ ਫੜ ਗਿਆ ਬਿਜਲੀ ਬੋਰਡ ਦੇ ਪਿੰਦਰ ਨੂੰ। ਪਰ ਇਸ ਸਮੇਂ ਨਿੱਕਾ ਵੇਖਦੇ ਵੀ ਰੱਜੀ ਵਾਲੇ ਪਿੰਡ ਦਾ ਗੱਭਰੂ ਕਬੱਡੀ ਪਾ ਰਿਹਾ ਉਧਰ ਵੇਖਦੇ ਵੀ ਚਾਰ ਜਾਫੀ ਹੈ। ਗਿਆਨੀ ਦੇ ਲਈ ਸ਼ੇਰੇ ਦੇ ਲਈ ਸਵਾਰਤੀਆਂ ਪਹੁੰਚਿਆ ਦਿਮਾਗ ਜੀ ਅਜੇ ਕੁਮਾਰ ਜੀ ਭਗਤਰਾ ਮੈਂਟ ਕੰਪਨੀ ਵਾਲੇ ਅਜੇ ਕੁਮਾਰ ਨਾਲ 100 ਰੁਪਇਆ ਸ਼ੇਰੇ ਦੇ ਲਈ ਜਿਹੜਾ ਮੁੰਡਾ ਕਬੱਡੀ ਪਾਉਣ ਆ ਰਹੇ ਪਹਿਲਾਂ 100 ਰੁਪਏ ਨਾਲ ਪਹੁੰਚ ਗਿਆ ਬਹੁਤ ਮਿਹਰਬਾਨੀ ਧੰਨਵਾਦ ਜੀ ਲੈ ਜੇ ਜਾਣ ਲੱਗੇ। ਬੇਨਤੀ ਹੈ ਜੀ ਚਾਹ ਜਿਹੜੀ ਬਹੁਤ ਜੀ ਕਰੋ ਗਰਾਊਂਡ ਵਿੱਚ ਜਿਹੜੀ ਡਿਊਟੀ ਲੱਗੀ ਚਾਹ ਬਣਾਉਣ ਤੇ ਚਾਹ ਬਣਾਵੇ ਜੀ। ਹਾਂ ਅੱਛਾ ਮੈਚ ਜਿਹੜਾ ਪਹਿਲਾਂ ਲੰਡੇ ਤੇ ਅੰਧਗੜ੍ਹ ਦਾ ਮੈਚ ਸੀਗਾ ਕਿਉਂਕਿ ਕਮੇਟੀ ਦਾ ਫੈਸਲਾ ਸੀਗਾ ਵੀ 10 ਪੁਆਇੰਟਾਂ ਤੇ ਹਾਰ ਜਿੱਤ ਕਰਾਉਣੀ 10 ਜਾਂ 10.5 ਤੇ ਸੀਗਾ ਤੇ ਉਹ ਟੀਮ ਜਿਹੜੀ ਗਰਾਊਂਡ 'ਚ ਪਹੁੰਚ ਜੇ ਅੰਧਗੜ੍ਹ ਦੀ ਟੀਮ ਜਿਹੜੀ ਇੱਥੋਂ ਸਟੇਜ ਤੋਂ ਜਿਹੜੀ ਕਮੇਟੀ ਨੇ ਫੈਸਲਾ ਕੀਤਾ ਸੀਗਾ ਵੀ ਇਹਨਾਂ ਨੂੰ ਟਾਈਮ ਜਿਹੜਾ ਦਿੱਤਾ ਸੀਗਾ। ਆ ਗਏ ਜੀ ਠੀਕ ਹੈ ਠੀਕ ਹੈ ਬੇਨਤੀ ਹੈ ਯਾਰ ਦੋਨੋਂ ਟੀਮਾਂ ਦੇ ਪਲੇਅਰਾਂ ਨੂੰ ਜਿਹੜੇ ਸਪੇਅਰ ਖਿਡਾਰੀ ਹੈ ਜਾਂ ਅਗਲੀਆਂ ਟੀਮਾਂ ਦੇ ਪਲੇਅਰ ਹੈ ਹੱਥ ਬੰਨ ਕੇ ਬੇਨਤੀ ਮੇਰੇ ਵੀਰ ਥੱਲੇ ਪੈਰ ਜੋ ਇਧਰਲੇ ਬਣੇ ਸ਼ੇਰਾ ਰਾਹੂ ਵਾਲੇ ਪਿੰਡ ਦਾ ਦੇਖਦੇ ਵੀ ਗੱਭਰੂ ਕਬੱਡੀ ਪਾਉਣਾ ਹੋਇਆ ਚਾਰ ਜਾਫੀ ਹੈ ਲਓ ਇੱਕ ਪਾਸੇ ਵੇਖਦੇ ਵੀ ਨੌਜਵਾਨ ਗੱਭਰੂ ਰੱਜੀ ਵਾਲੇ ਪਿੰਡ ਦੇ ਵੱਲੋਂ ਫੜਦਾ ਗੁੱਟ ਇਹ ਸਮੇਂ ਵੇਖਦੇ ਵੀ ਵੱਖਰਾ ਸਵਾਦ ਕਬੱਡੀ ਦਾ ਲਓ ਫੜਦਾ ਹੋਇਆ ਗੁੱਟ ਕਹਿੰਦੇ ਵੀ ਕਿਰਪਾਲਾ ਸਾਧ ਪਰ ਬਾਰੇ ਵਾਲੇ ਦੇ ਸਵਰਨੇ ਦੀ ਇਹ ਗੱਲ ਵੱਖਰੀ ਹੈ ਲਓ ਦਰਸ਼ਕੋ ਭਾਰੋ ਤਾਰੀਆਂ ਇਹ ਸਮੇਂ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਸ਼ੇਰਾ ਰਾਹੂ ਵਾਲ ਪਿੰਡ ਦਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਚੱਲ ਵੀ ਜਵਾਨਾਂ ਭਾਵੀ ਕਬੱਡੀ ਕੀ ਆ ਕੇ ਜਵਾਨ ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿਵੇਂ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅਤੇ ਅੱਡੀ ਦਾ ਕੌਡੀ ਤੋਂ ਬਣ ਜੇ ਹੀਰਾ ਜੀ ਨੂੰ ਲੱਗ ਜਿਸ਼ਕ ਕਬੱਡੀ ਦਾ ਇੰਦਰਜੀਤ ਸਿੰਘ ਇੰਦੂ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਭਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਮੇਰੀ ਬੇਨਤੀ ਹੈ ਵੀ ਕਿਸੇ ਵੀ ਪਲੇਅਰ ਨੇ ਰੈਫਰੀ ਸਾਹਿਬਾਨ ਦੇ ਨਾਲ ਕੀ ਤੁਪਰਾਤਰੀ ਕਰਨੀ ਹੱਥ ਬੰਨ ਕੇ ਬੇਨਤੀ ਹੈ ਸਾਰੇ ਪਲੇਅਰ ਵੀਰਾਂ ਨੂੰ। ਔਰ ਤੁਸੀਂ ਨਾਲ ਦੀ ਨਾਲ ਜਦੋਂ ਸਨਮਾਨ ਦਿੰਦਾ ਉਦੋਂ ਪਹੁੰਚ ਜਾਣਾ ਸਟੇਜ ਤੇ ਇੱਕ ਸਾਈਡ ਤੇ ਕਰ ਲਿਆ 5 ਕਾਊਂਟਰ ਠੀਕ ਆ ਜੀ ਤੁਸੀਂ ਇੱਧਰ ਆ ਜੀ ਹਾਂ ਸਹੀ ਗੱਲ ਹੈ ਜੀ ਥੋੜੀ ਜ਼ਿਆਦਾ ਰਸ਼ ਸੀ ਪਹਿਲਾਂ ਮੈਂ ਗੱਲ ਕੀਤੀ ਵੀ ਰਸ਼ ਜ਼ਿਆਦਾ ਆਪਾਂ ਜਦੋਂ ਲੋੜ ਆ ਉਦੋਂ ਹੀ ਆਪਾਂ ਆਇਆ ਕਰੋ ਜੀ ਮੈਚ ਜਿਹੜਾ ਹੁਣ ਕਰਵਾਇਆ ਜਾਵੇਗਾ ਜਿਹੜੀ 1-2 ਕਬੱਡੀਆਂ ਬਾਕੀ ਇੰਦਗੜ੍ਹ ਤੇ ਲੰਡੇ ਇਸ ਮੁਕਾਬਲੇ ਦੇ ਵਿੱਚ ਪੁਆਇੰਟਾਂ ਦਾ ਜਿਹੜਾ ਲੇਖਾ ਜੋਖਾ ਹੈ ਰੱਜੀ ਵਾਲੇ ਦੇ ਪੁਆਇੰਟ ਦਰਸ਼ਕ ਵੀਰੋ 9 ਪੁਆਇੰਟ ਹੈ 9 ਪੁਆਇੰਟ ਰੱਜੀ ਵਾਲਾ ਤੇ ਚੂੜ ਚੱਕ ਦੇ ਸਾਢੇ
ਹਾਂਜੀ ਸੋ ਨਾਲ ਹੀ ਸਨਮਾਨ ਕੀਤਾ ਜਾਵੇਗਾ ਸਾਡੇ ਵੀਰ ਅਮਨ ਸਰਪੰਚ ਮਾਲਵਾ ਗਰੁੱਪ ਵਾਲੇ ਅਮਰੀਕ ਖੋਸਾ ਕੋਟਲਾ ਤੇ ਜੀਵਨ ਤਲੰਡੀ ਭਗੇਰੀਆ ਵਿਸ਼ੇਸ਼ ਸਨਮਾਨ ਤੇ ਜਾ ਰਹੇ ਨੇ ਕਮੈਂਟੇਟਰ ਵੀਰਾਂ ਨੂੰ ਜੋਬਨ ਫਿਰੋਜ਼ਪੁਰੀਆ ਪੁੱਜਿਆ ਜੀ ਹਾਂ ਨਾਲ ਮਨਦੀਪ ਕਾਲਗੀ ਵਾਲੇ ਪਹੁੰਚਿਆ ਜੀ ਬਹੁਤ ਤਕੜਾ ਕਮੈਂਟਰ ਹੈ ਬਹੁਤ ਧੰਨਵਾਦ ਸਾਡੇ ਵੀਰ ਦਾ ਬਹੁਤ ਸੋਹਣੇ ਬੋਲ ਹਾਂਜੀ ਸੁੱਖਾ ਕਨਿਆਲ ਜੀ ਮਾਂ ਖੇਡ ਕਬੱਡੀ ਦੀ ਬਹੁਤ ਸੋਹਣੀ ਬਾਤ ਪਾਉਣ ਵਾਲੇ ਮਿੱਖੂ ਮਾਖੋ ਮਿੱਠੀ ਆਵਾਜ਼ ਦੇ ਮਾਲਕ ਦਾ ਕਮੈਂਟੇਟਰ ਕੋਈ ਪੁੱਜੇ ਨੇ ਧੰਨਵਾਦ ਕਰਦੇ ਹਾਂ ਵਿਸ਼ੇਸ਼ ਸਨਮਾਨ ਦੇ ਰਹੇ ਨੇ ਅਮਨ ਬਰਾੜ ਮਾਲਵਾ ਗਰੁੱਪ ਲੰਗਿਆਣੇ ਤੋਂ ਅਮਨ ਸਰਪੰਚ ਸਾਡੇ ਵੀਰ ਜਿਹਨਾਂ ਨੇ ਦਾਸ ਨੂੰ ਵੱਡਾ ਮਾਣ ਕੀਤਾ ਜੀ ਇਨਵਰਟਰ ਦੇ ਨਾਲ ਮਾੜੀ ਦੇ ਮੇਲੇ ਤੇ ਬਹੁਤ ਵੱਡਾ ਮਾਣ ਕੀਤਾ ਜੀ ਨਾਲ ਹੀ ਜਹੇਦਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲੀਆ ਔਰ ਸੁਖਦੀਪ ਲੰਡੇ ਜੀ ਪੁੱਜੇ ਨੇ ਬਹੁਤ ਧੰਨਵਾਦ ਇਧਰ ਮਾਨ ਸਨਮਾਨ ਦਿੱਤੇ ਜਾ ਰਹੇ ਹੈ ਜੀਵਨ ਕਬੱਡੀ ਭਗੇਰੀਆ ਕਬੱਡੀ ਕਮੈਂਟੇਟਰ ਸਾਡੇ ਅਮਨ ਲੰਗਿਆਣਾ ਸਾਡਾ ਸਤਿਕਾਰਯੋਗ ਵੀਰ ਹੈ ਸਵਰਗਵਾਸੀ ਸਾਧੂ ਸਿੰਘ ਜੀ ਸਰਪੰਚ ਉਹਨਾਂ ਦੀ ਯਾਦ ਦੇ ਵਿੱਚ ਅਮਨ ਬਰਾੜ ਲੰਗਿਆਣਾ ਸਾਡੇ ਵੀਰ ਵੱਲੋਂ ਇੱਧਰ ਜੀਵਨ ਤਲਵੰਡੀ ਭੰਗੇਰੀਆਂ ਇਸ ਵੀਰ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਉੱਧਰ ਇਨਾਮ ਜਿਹੜਾ ਤਕਸੀਮ ਕਰ ਰਹੇ ਨੇ ਮਾਨ ਸਨਮਾਨ ਤਕਸੀਮ ਕਰ ਰਹੇ ਨੇ ਜਥੇਦਾਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲਾ ਇੱਧਰ ਅਮਨ ਬਰਾੜ ਜੀ ਸਾਡੇ ਵੀਰ ਔਰ ਨਾਲ ਹੀ ਇੱਧਰ ਜਿਹੜਾ ਅਗਲਾ ਸਨਮਾਨ ਚਿੰਨ੍ਹ ਹੈ ਅਮਰੀਕ ਖੋਸਾ ਕੋਟਲਾ ਪ੍ਰਸਿੱਧ ਕਬੱਡੀ ਕਮੈਂਟੇਟਰ ਹੈ ਇਸ ਵੀਰ ਦਾ ਵੀ ਜਿਹੜਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਇੱਧਰ ਸਾਡੇ ਵੀਰ ਅਮਨ ਵੱਲੋਂ ਹੈ ਅਮਨ ਸਰਪੰਚ ਸਰਦਾਰ ਸਾਧੂ ਸਿੰਘ ਸਰਪੰਚ ਦੇ ਪੋਤਰੇ ਜੋ ਕਬੱਡੀ ਦੇ ਨਾਲ ਇਹ ਵੀ ਬੜਾ ਪਿਆਰ ਕਰਦੇ ਸਾਰੇ ਕਮੈਂਟੇਟਰਾਂ ਨੂੰ ਕਬੱਡੀ ਦੇ ਖਿਡਾਰੀਆਂ ਨੂੰ ਸਨਮਾਨ ਕੀਤਾ ਇਹਨਾਂ ਨੇ ਵੱਖ ਵੱਖ ਖੇਡ ਮੇਲਿਆਂ ਤੇ ਜਾ ਕੇ ਇਹਨਾਂ ਦਾ ਬਹੁਤ ਧੰਨਵਾਦ ਜੀ ਜਿੱਥੇ ਦਾਸ ਨੂੰ ਵੱਡਾ ਮਾਨ ਇਨਵਰਟਰ ਦੇ ਨਾਲ ਦਿੱਤਾ ਮਾੜੀ ਦੇ ਮੇਲੇ ਤੇ ਬਹੁਤ ਧੰਨਵਾਦ ਜੀ ਅੱਜ ਉੱਥੇ ਹੀ ਸਾਡੇ ਸਾਥੀ ਕਮੈਂਟਰ ਅਮਰੀਕ ਖੋਸਾ ਕੋਟਲਾ ਇਹਨਾਂ ਦਾ ਮਾਨ ਕਰਦੇ ਨੇ ਬਹੁਤ ਮਿਹਰਬਾਨੀ ਧੰਮੀ ਧਰਮਕੋਟੀਆ ਉਹ ਵੀ ਆਪਣਾ ਸਨਮਾਨ ਲੈਣ ਗਿਆ ਕਬੱਡੀ ਖਿਡਾਰੀ ਸਾਡਾ ਵੀ ਧੰਮੀ ਧਰਮਕੋਟ ਵਧੀਆ ਖਿਡਾਰੀ ਉਹਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਉਹ ਸਟੇਜ ਦੇ ਨੇੜੇ ਆਏ ਜੀ